ਸਾਂਝਾ ਪੰਜਾਬ ਦੇਖਣ ਤੇ ਸੁਣਨ ਜਾ ਰਿਹਾ ਮੇਰੇ ਸਾਰੇ ਦਰਸ਼ਕਾਂ ਨੂੰ, ਮੇਰੇ ਸੋਤਿਆਂ ਨੂੰ ਬੌਬ ਦਸਾਂਝ ਵੱਲੋਂ ਨਿਮਰਤਾ ਸਹਿਤ ਸਤਿ ਸ਼੍ਰੀ ਅਕਾਲ। ਪੁਰਮ ਮੈਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਸਾਂਝਾ ਪੰਜਾਬ ਰੇਡੀਓ ਤੁਸੀਂ ਦੋ ਦਿਨ ਸੁਣਦੇ ਹੋ 1430 AM ਤੇ ਸੈਚਰਡੇ ਸਵੇਰੇ 10 ਤੋਂ 11, ਸੰਡੇ ਨੂੰ 10 ਤੋਂ ਲੈ ਕੇ 12 ਵਜੇ ਤੱਕ। ਸਾਂਝਾ ਪੰਜਾਬ TV ਹਫ਼ਤੇ 7 ਦਿਨ 24 ਘੰਟੇ ਤੁਸੀਂ ਦੇਖਦੇ ਹੋ। ਇਸ ਨਾਲ ਵਿਜ਼ਨ TV ਦੇ ਉੱਤੇ ਸਾਂਝਾ ਪੰਜਾਬ ਹਰੇਕ ਸੈਚਰਡੇ ਸਵੇਰੇ 11 ਤੋਂ ਲੈ ਕੇ 12 ਵਜੇ ਤੱਕ ਆਉਂਦਾ ਹੈ, ਉਹ ਜ਼ਰੂਰ ਦੇਖਿਆ ਕਰੋ। ਜੋ ਮੰਗਲਵਾਰ ਨੂੰ ਤੁਹਾਡੇ ਵਾਸਤੇ ਬੜੀ ਮਿਹਨਤ ਦੇ ਨਾਲ ਤਿਆਰ ਕਰਕੇ ਅਸੀਂ ਭੇਜਦੇ ਹਾਂ, ਤਾਂ ਅਕਰੋਸ ਕੈਨੇਡਾ ਤੋਂ ਬਹੁਤ ਭਰਮਾ ਸਾਨੂੰ ਹੁੰਗਾਰਾ ਮਿਲਦਾ ਹੈ, ਤਾਂ ਜ਼ਰੂਰ ਤੁਸੀਂ ਉਸ ਵਿੱਚ ਆਪਣਾ ਹਿੱਸਾ ਪਾਇਆ ਕਰੋ। ਉਸ ਵਿੱਚ ਕੁਛ ਵੀ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ, ਪ੍ਰੋਗਰਾਮ ਨੂੰ ਕਿਸ ਤਰ੍ਹਾਂ ਚਾਹੁੰਦੇ ਹੋ, ਕਿ ਪਿਛਲੇ 14 ਸਾਲਾਂ ਤੋਂ ਤੁਹਾਡੇ ਵਾਸਤੇ ਅਸੀਂ ਸਾਂਝਾ ਪੰਜਾਬ ਵਿਜ਼ਨ TV 'ਤੇ ਪੇਸ਼ ਕਰਦੇ ਆ ਰਹੇ ਹਾਂ। ਇਸ ਤਰ੍ਹਾਂ ਹੀ ਆਪਣੇ ਫੋਨ ਦੇ ਉੱਤੇ ਸਾਂਝਾ ਪੰਜਾਬ ਦਾ ਐਪ ਲੋਡ ਕਰ ਲਓ, SP24। ਇਹ ਐਪ ਲੋਡ ਕਰਕੇ ਤੁਸੀਂ ਸਾਂਝਾ ਪੰਜਾਬ ਰੇਡੀਓ ਸੁਣ ਸਕਦੇ ਹੋ, TV ਦੇਖ ਸਕਦੇ ਹੋ। ਇਸ ਨਾਲ ਨਾਲ ਤੁਸੀਂ ਗੁਰਬਾਣੀ ਕਲਿੱਕ ਕਰੋਗੇ ਤਾਂ ਡਿਕਸੀ ਗੁਦਰਾ ਸਾਹਿਬ ਤੋਂ ਲਾਈਵ ਗੁਰਬਾਣੀ ਸਰਵਣ ਕਰ ਸਕਦੇ ਹੋ। ਸਾਡੇ ਨਾਲ ਸਟੂਡੀਓ ਵਿੱਚ ਕੋਈ ਵੀ ਸਾਂਝ ਪਾਉਣੀ ਆ, 9054584444, 905-458-4444, 9054584444, ਜਾਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਵੀ ਗਲਤ ਕਰਨੀ ਹੁੰਦੀ ਤਾਂ 416-417-7479-7477-419-7777-419-7777। ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਲੈ ਕੇ ਜਾਵਾਂਗੇ ਬਹੁਤ ਹੀ ਛੇਤੀ ਅਸੀਂ ਚੰਡੀਗੜ੍ਹ, ਸ਼ਸ਼ੀਰ ਦਸਾਂਝ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਾਂਗੇ, ਕੀ ਹਾਲਾਤ ਨੇ ਉੱਥੇ ਦੇ, ਕਰੋਨਾ ਜਿਹੜਾ ਹੈ ਦਿਨੋਂ ਦਿਨ ਉੱਥੇ ਵੀ ਇੰਡੀਆ ਦੇ ਵਿੱਚ ਵੀ ਬਹੁਤ ਵੱਧਦਾ ਜਾ ਰਿਹਾ ਹੈ, ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਇੱਥੇ ਵੀ ਤੁਸੀਂ ਦੇਖਿਆ ਕਿ ਪਿਛਲੇ ਦਿਨੀ 800-900 ਕੇਸ ਆਉਣੇ ਸ਼ੁਰੂ ਹੋ ਗਏ ਸਨ, ਪਰ ਹੁਣ ਜਿਹੜੀ ਤੀਜੀ ਵੇਵ ਹੈ, ਥਰਡ ਵੇਵ ਜਿਹੜੀ ਹੈ, ਉਹ ਆਉਣੀ ਸ਼ੁਰੂ ਹੋ ਗਈ ਹੈ, ਅਤੇ 1700 ਤੋਂ ਵੱਧ ਕੇਸ ਜਿਹੜੇ ਕੱਲ੍ਹ ਆਏ ਨੇ, ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਨਹੀਂ ਤਾਂ ਹੁਣ ਨੂੰ ਪੀਲ ਅਤੇ ਟੋਰਾਂਟੋ ਏਰੀਆ ਜਿਹੜਾ ਉਹ ਖੋਲ੍ਹ ਦਿੱਤਾ ਜਾਣਾ ਸੀ, ਪਰ ਫਿਰ ਵੀ ਕੁਛ ਢਿੱਲ ਗ੍ਰੇ ਜ਼ੋਨ ਦੇ ਵਿੱਚ ਦਿੱਤੀ ਗਈ ਹੈ। ਪੀਲ ਅਤੇ ਟੋਰਾਂਟੋ ਏਰੀਏ ਵਿੱਚ ਜਿਹੜੇ ਰੈਸਟੋਰੈਂਟ ਨੇ ਉਹ ਆਪਣਾ ਪੈਟੀਓ ਖੋਲ੍ਹ ਸਕਦੇ ਨੇ, ਜਿਹੜੇ ਬਾਰਬਰ ਸ਼ੋਪ ਨੇ ਉਹ ਜੇ ਬਾਹਰ ਬੈਠ ਕੇ ਕਿਸੇ ਦੇ ਹੇਅਰ ਕੱਟ ਕਰਨੇ ਚਾਹੁੰ, ਜਿੱਦਾਂ ਇੰਡੀਆ ਜਿੱਦਾਂ ਬਾਹਰ ਬੈਠੇ ਹੁੰਦੇ ਆ, ਅਤੇ ਉਸ ਤਰ੍ਹਾਂ ਆਪਣਾ ਹੇਅਰ ਕੱਟ ਬਾਹਰ ਬੈਠ ਕੇ ਕਰ ਸਕਦੇ ਨੇ। ਸੋ ਚਿੰਤਾ ਦਾ ਵਿਸ਼ਾ ਜ਼ਰੂਰ ਹੈ, ਪਰ ਲੋਕਾਂ ਨੂੰ ਰਾਹਤ ਮਿਲੀ, ਰੈਸਟੋਰੈਂਟ ਵਿੱਚ ਜਾ ਕੇ ਤੁਸੀਂ ਪਰਿਵਾਰ ਦੇ ਨਾਲ ਖਾਣਾ ਖਾ ਸਕਦੇ ਹੋ। ਪਰ ਜਦੋਂ ਰੈਸਟੋਰੈਂਟ 'ਚ ਐਂਟਰ ਹੋਣਾ, ਤੁਹਾਡੇ ਮਾਸਕ ਪਾਈ ਹੋਣੀ ਚਾਹੀਦੀ ਹੈ, ਜਦੋਂ ਤੁਸੀਂ ਬੈਠਣਾ ਆ ਮਾਸਕ ਪਾਈ ਹੋਣੀ ਚਾਹੀਦੀ ਆ, ਪਰ ਖਾਣੇ ਵਕਤ ਤੁਸੀਂ ਲਾ ਸਕਦੇ ਹੋ, ਪਰ ਜਦੋਂ ਫਿਰ ਬਾਹਰ ਆਉਣਾ ਤਾਂ ਫਿਰ ਤੁਹਾਡੇ ਮਾਸਕ ਹੋਣੀ ਬਹੁਤ ਜ਼ਰੂਰੀ ਹੈ। ਜਿਹੜੀ ਗੈਟ ਟੁਗੈਦਰ ਹੈ ਘਰਾਂ ਦੇ ਵਿੱਚ, ਅਜੇ ਸ਼ੁਰੂ ਨਹੀਂ ਹੋਈ, ਕਿਤੇ ਪਾਰਟੀਆਂ ਨਾ ਕਰਨ ਲੱਗ ਪਿਓ, ਮੌਸਮ ਬੜਾ ਵਧੀਆ ਹੈ, ਕਿਉਂਕਿ ਪੂਰਾ ਹਫ਼ਤਾ ਜਿਹੜਾ ਹੈ ਉਹ 12, 14, 15, 16 ਤੱਕ ਜਿਹੜਾ ਟੈਂਪਰੇਚਰ ਜਾ ਸਕਦਾ ਹੈ। ਬੁੱਧਵਾਰ ਨੂੰ 14 ਹੈ, ਫਿਰ ਮੰਡੇ ਨੂੰ 15 ਹੈ, ਪਰ ਪਾਰਟੀਆਂ ਅਜੇ ਘਰਾਂ ਵਿੱਚ ਨਹੀਂ ਕਰਨੀਆਂ। ਦੂਸਰੇ ਪਾਸੇ ਮੌਸਮ ਵਿਭਾਗ ਨੇ ਸੂਚਨਾ ਦਿੱਤੀ ਹੈ ਕਿ ਐਂਡ ਆਫ ਮੰਥ ਸਨੋਅ ਵੀ ਪੈ ਸਕਦੀ ਹੈ, ਸੋ ਯੂ ਹੈਵ ਟੂ ਬੀ ਕੇਅਰਫੁੱਲ। ਤੁਹਾਨੂੰ ਯਾਦ ਹੋਣਾ ਕਿ ਬਹੁਤ ਸਾਰੇ ਕਈ ਸਾਲ ਅਸੀਂ ਜਦੋਂ ਨਗਰ ਕੀਰਤਨ ਅਤੇ ਡਾਊਨ ਟਾਊਨ ਜਾਂਦੇ ਹੁੰਦੇ ਸੀ ਤਾਂ ਉਸ ਦਿਨ ਵੀ ਐਂਡ ਆਫ ਅਪ੍ਰੈਲ ਵੀ ਜਿਹੜੀ ਕਈ ਵਾਰ ਸਨੋਅ ਪਈ ਹੈ, ਪਰ ਫਿਰ ਵੀ ਯੂ ਹੈਵ ਟੂ ਬੀ ਕੇਅਰਫੁੱਲ। ਮੌਸਮ ਵਧੀਆ ਹੈ, ਪਾਰਟੀਆਂ ਕਰਨ ਦੀ ਲੋੜ ਨਹੀਂ, ਆਪਣਾ ਵਿਚਾਰ ਰੱਖੋ, ਦੂਜਿਆਂ ਦਾ ਵਿਚਾਰ ਰੱਖੋ, ਕਿਉਂਕਿ ਜਿਹੜੀ ਨਵੀਂ ਵਾਇਰਸ ਆ ਰਹੀ ਹੈ ਉਹ ਜਿਹੜੀ ਹੈ ਯੰਗ ਬੱਚਿਆਂ ਨੂੰ ਵੀ ਜ਼ਿਆਦਾ ਅਫੈਕਟ ਕਰ ਸਕਦੀ ਹੈ। ਜਦੋਂ ਪਹਿਲੀ ਵੇਵ ਆਈ ਸੀ ਤਾਂ ਉਦੋਂ ਜਿਹੜੇ ਜ਼ਿਆਦਾ ਏਜ ਦੇ ਲੋਕ ਸੀ ਉਹਨਾਂ ਨੂੰ ਜ਼ਿਆਦਾ ਘਾਤਕ ਸਾਬਤ ਹੁੰਦੀ ਸੀ, ਪਰ ਹੁਣ ਜਿਹੜੀ ਗੱਲ ਇਹ ਕਹੀ ਗਈ ਹੈ ਸਿਹਤ ਵਿਭਾਗ ਵੱਲੋਂ ਕਿ ਜਿਹੜੀ ਨਵਾਂ ਵਾਇਰਸ ਆਇਆ ਹੈ ਥਰਡ ਵੇਵ, ਇਹ ਯੰਗ ਬੱਚਿਆਂ ਲਈ ਵੀ ਘਾਤਕ ਸਾਬਤ ਹੋ ਸਕਦੀ ਹੈ। ਸੋ ਆਲ ਹੈਵ ਟੂ ਬੀ ਕੇਅਰਫੁੱਲ। ਜਿਹੜੇ ਸਾਡੇ ਬੱਚੇ ਨੇ, ਕੋਸ਼ਿਸ਼ ਕਰੋ, ਵੈਸੇ ਸਾਰੇ ਮਾਸਕ ਪਾ ਕੇ ਜਾਓ, ਆਪਣੇ ਹੱਥ ਵਾਸ਼ ਕਰੋ, ਕਿਸੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਤਾਂ ਦੂਰ ਰਹਿ ਕੇ ਗੱਲਬਾਤ ਕਰੋ, ਸੋਸ਼ਲ ਡਿਸਟੈਂਸ ਹੋਣਾ ਜ਼ਰੂਰੀ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਾਡੇ ਮੈਨੂੰ ਕੁਛ ਨਹੀਂ ਹੋਣਾ, ਪਰ ਹੁੰਦਾ ਕੀ ਹੈ ਕਿ ਕਈ ਵਾਰੀ ਤੁਹਾਨੂੰ ਸਿੰਪਟਮ ਹੋਣਗੇ ਦੂਸਰੇ ਨੂੰ ਚਲੇ ਜਾਣੇ ਆ, ਜੇ ਦੂਸਰੇ ਨੂੰ ਸਿੰਪਟਮ ਹੋਣਗੇ ਤਾਂ ਤੁਸੀਂ ਉਹ ਲੈ ਸਕਦੇ ਹੋ, ਤਾਂ ਕਿ ਬਚਾਅ ਦੇ ਵਿੱਚ ਹੀ ਬਚਾਅ ਹੈ। ਕੋਈ ਪਤਾ ਨਹੀਂ ਕਿਸੇ ਨੂੰ ਇਹ ਕੀ ਹੈ,
पर है सही। तुसीं देखिआ नहीं कि पिछले दिनी किन्ने साढ़े नोन लोग जिहड़े सन उन्हां दी मौत होई। एयरपोर्ट ते साढ़े टैक्सी जिहड़े चलाउंदे सी, लिमो चलाउंदे सी साढ़े भरा, वो साढ़े कोलों चले गए और बहुत सारे लोग जिहड़े साढ़े कोलों विछड़ गए इस करके। सो यू हैव टू बी केयरफुल। ये नहीं सोचना कभी भी कि मैनू कुछ नहीं हो सकता, यू नैवर नो। जदों ये मार करती है तो फिर बड़ी मुश्किल दे नाल इस विचों बचना है। सो यू ऑल हैव टू बी केयरफुल, अपना ध्यान रखो, दूजिया ध्यान रखो। पर अज तो पील दे विच जिहड़े ने वो रेस्टोरेंट खुल गए ने, जिन्हां कोल पैटियो है, इनसाइड नहीं है, पर वान हाल्टन एरिए दे विच डाइनिंग खुल गई है। 50% लोग अंदर रेस्टोरेंट दे बैठ के खाना खा सकते ने, पर मैक्सीमम 50 लोग जिहड़े ने, बाकी रेस्टोरेंट किड्डा वड्डा है उस हिसाब दे नाल 50 लोगों तो वध किते भी जाके जिहड़ा है वह अपना खाना लोग ज़्यादा नहीं खा सकते। पर जे हाईवे 50 तो आप वैस्ट नूं आउंदे आ ते पील शुरू हो जाती तो उत्थे कुछ नहीं खुला है, सिर्फ रेस्टोरेंट पैटियो खुले ने। जे तुसीं हाईवे 50 तो बरले पासे जाते हो, स्टील तो नॉर्थ नूं आउंदे हो, तो सारे रेस्टोरेंट जिहड़े उत्थे खुले ने। खैर, इस उत्ते इतराज़ जरूर किया गया है। जिहड़े टोरंटो दे मेयर, इस नाल नाल मिसाका दे मेयर अते ब्रैम्पटन दे मेयर, इन्हें इतराज़ जरूर किया है कि सानू क्यों नहीं खोलिया गया। चलो ब्रैम्पटन मिसाका दे विच आपां मानदे आ तो कैलेडन खोलिया जा सकता क्योंकि दैट ओपन एरिया है। खैर, नहीं खोलिया तो जिदा सरकार की मर्जी है, डॉक्टरों की सलाह के नाल ही सारा कुछ हो रहा है। कहा जा रहा है कि अप्रैल महीने के 5,000 तो भी वध सकते हैं डेली के केस ओंटारियो दे विच, जो एक चिंता का विषय है। खैर, जिस तरह आप एक साल का समा औखे सौखे तय किया है तो ये थर्ड वेव के भी आप निकल जावांगे औखे सौखे, पर यू ऑल हैव टू बी केयरफुल। इस नाल नाल जिहड़ा वैक्सीन का प्रोग्राम है सरकार वालों बड़ी तेजी दे नाल कीता गया है। सानू अमेरिका तो भी ऑफर की गई है कि 1.5 मिलियन डोजेस जिहड़े ने एस्ट्राजेनिक जिहड़ी वैक्सीन है उससे मिल सकते हैं, जिहड़ी उन्होंने इंडिया तो मंगाई, पर उहदी एक्सपायरी डेट होण करके जिहड़े उह कैनेडा नूं उह दे सकते ने। सो बहुत सारे स्कूल जिहड़े ने वह खोलण का कारण भी हो सकता, जिहड़े करोना के केस बढ़ रहे ने, ता कि स्कूल जिहड़े खुले ने, बाकी सारा कुछ बंद रहा है। स्कूलों के विच भी करोना के केस जिहड़े काफ़ी बढ़ने शुरू हो गए, बहुत सारे स्कूल जिहड़े ने वह दुबारा बंद किए गए ने। तुहाडे कोल कोई भी जानकारी है, तुसीं साडे नाल कोई जानकारी सांझी करनी चाहुंदे हो तो 905-458-4444-905-458-4444 905-458-4444। अज का प्रोग्राम हमेशा तरह तुहाडे लई सी स्वीट महल दे सहयोग नाल पेश कर रहे हैं। 680 रेक्स ते स्वीट महल है, 416-679-9999 जां sweetmall.ca ते जाके भी खाना तुसीं ऑर्डर कर सकते हो। अज कोशिश करांगे किसी ना किसी MPP दे नाल गलबात करके, अमरजोत संधू जां प्रामी सरकारिया उन्हां नाल थोड़ी गलबात करांगे। एक तां जो ब्रैम्पटन दे विच जिहड़ा ओल्ड एज जिहड़े घर बन जा रहे ने, फर्न फॉरैसट अते सेंटर बोर्ड दे बिल्कुल कोने ते 160 बैड दा इह बन जा रहा, जिस विच सरकार ने वादा कीता है कि इस दा नाम जिहड़ा है गुरु नानक देव जी दे नां ते रख्या जाएगा। सो असी कोशिश करांगे अज्ज दे प्रोग्राम गल्लबात करांगे, बहुत ही लैके जावां तुहानूं चंडीगढ़ पेश करांगे खबरां। इस नाल नाल स्टीवन फर्नीचर दे उत्ते बहुत वड्डी सेल लग गई, मौसम जिहड़ा बड़ा वधिया है ते इस मौसम दा तुसीं फायदा उठाओ। 905-790-0560 जाके शॉपिंग तुसीं फर्नीचर दी कर सकते हो, तां जिहड़ी पेमेंट है एक साल बाद बिना ब्याज तो करनी है। 905-790-0560। इस तरह पिज़्ज़ा डिपू दीआं लोकेशनां ने 35 तो बद, अगर तुसी पिकरिंग ते बेलवल दी पिज़्ज़ा डिपू दी लोकेशन दे मालक बनना चाहुंदे हो तां हैड ऑफिस नूं कॉल कर लो 905-458-9711 905-458-9711। ल्यूमिनेट एसेंट दीआं 16 लोकेशनां ने क्रॉस कैनेडा हाईवे 50 ते मेफील्ड दे बिल्कुल कोने ते नवीं लोकेशन खोलती है, ट्रकां दी कंप्लीट रिपेयर तुसी करा सकते हो। 905-452-0111 ते कॉल कर सकदे 905-452-0111। अगे जाके तुहाडे नाल होर कुछ जानकारी सांझी करांगे। एक ब्रैम्पटन दे विच बहुत ही वधिया प्राइस ते 2800 स्क्वेयर फीट दा घर है जो कि सैंडलवुड अते क्रेडिट व्यू दे बिल्कुल कोल है, बेसमेंट $2500 किराए ते चढ़ी हुई है। ये तुहानू 12.5 लाख दा 2800 स्क्वेयर फीट घर मिल सकता, पर कॉल तुहानू करनी पैणी गुरप्रीत सिंह नूं 416-558
8317 ਤੇ ਹੁਣੇ ਕਾਲ ਕਰ ਲਓ 416-558-8317 416-558-8317 ਤੇ ਤੁਸੀਂ ਹੁਣੇ ਕਾਲ ਕਰ ਲਓ ਤੇ ਘਰ ਦੇਖ ਕੇ ਤੁਸੀਂ ਖਰੀਦ ਸਕਦੇ ਹੋ ਜੋ ਕਿ ਮਾਰਕੀਟ ਨਾਲੋਂ ਤਕਰੀਬਨ $1,00,000 ਸਸਤਾ ਹੈ। ਸਾਡਾ ਪੰਜਾਬ ਰੇਡੀਓ ਤੇ ਟੈਲੀਵਿਜ਼ਨ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਅੱਜ ਚੰਡੀਗੜ੍ਹ ਸਟੂਡੀਓ ਤੋਂ ਨਹੀਂ ਕਰਨਾਲ ਤੋਂ ਬਹੁਤ ਬਹੁਤ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ ਆਦਾਬ ਤੇ ਨਮਸਕਾਰ। ਅਸੀਂ ਤੁਹਾਡੇ ਨਾਲ ਇਹ ਸਪੈਸ਼ਲ ਸੈਗਮੈਂਟ ਨਿਊਜ਼ ਬੇਸਡ ਕਰਦੇ ਹਾਂ, ਖਬਰਾਂ ਦੇ ਆਰ ਪਾਰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਤੇ ਬਹੁਤ ਉਤਸ਼ਾਹ ਹਾਂ ਤੇ ਉਡੀਕ ਰਹਿੰਦੀ ਹੈ ਕਿ ਤੁਸੀਂ ਵੀ ਆਪਣਾ ਕੋਈ ਵੀ ਸਵਾਲ ਸਾਡੇ ਨਾਲ ਸਾਂਝਾ ਕਰੋ, ਕੋਈ ਵਿਚਾਰ, ਕੋਈ ਖਿਆਲ, ਪਰ ਭਾਸ਼ਾ ਦੀ ਮਰਿਆਦਾ ਨੂੰ ਧਿਆਨ ਚ ਰੱਖਿਆ ਜਾਏ ਤੇ ਸੰਖੇਪ ਸ਼ਬਦਾਂ ਦੇ ਵਿੱਚ ਆਪਣੀ ਗੱਲ ਕਹੀ ਜਾਏ ਤਾਂ ਜੋ ਗੱਲ ਪਹੁੰਚ ਵੀ ਜਾਵੇ ਤੇ ਅਸੀਂ ਉਹਦਾ ਸਹੀ ਤਰੀਕੇ ਨਾਲ ਜਵਾਬ ਵੀ ਦੇ ਸਕੀਏ। ਤੁਸੀਂ ਸਟੂਡੀਓ ਲਾਈਨ ਤੇ ਕਾਲ ਕਰ ਸਕਦੇ ਹੋ 205-458-4444 905-458-4444। ਸੋ ਬਹੁਤ ਸਾਂਝੀ ਕਰਦੇ ਹਾਂ ਗੱਲਬਾਤ ਸ਼ੁਰੂ। ਹਾਂ ਸਾਹਿਬ, ਚਿੰਤਾ ਦਾ ਵਿਸ਼ਾ ਇਹ ਹੈ ਕਿ ਕਰੋਨਾ ਦੇ ਕੇਸ ਦਿਨੋਂ ਦਿਨ ਦੁਨੀਆ ਭਰ ਦੇ ਵਿੱਚ, ਜਿਹੜੀ ਸਾਡੇ ਤੀਜੀ ਵੇਵ ਆ, ਤੁਹਾਡੇ ਦੂਜੀ ਵੇਵ ਕਹਿੰਦੇ, ਵੀ ਸਾਡੇ ਵੀ ਅੰਟਾਰੀਓ ਦੇ ਵਿੱਚ ਕਦੀ ਇੰਨੇ ਕੇਸ ਨਹੀਂ ਆਏ। 1829 ਕੇਸ ਜਿਹੜੇ ਪਿਛਲੇ 24 ਘੰਟਿਆਂ 'ਚ ਆਏ ਨੇ ਇਕੱਲੇ ਅੰਟਾਰੀਓ ਸੂਬੇ ਵਿੱਚ, ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਅਤੇ ਭਾਰਤ ਦੇ ਵਿੱਚ ਜਿਹੜਾ ਕਰੋਨਾ ਇੰਨਾ ਵੱਧਦਾ ਜਾ ਰਿਹਾ, ਕੀ ਮਾਹੌਲ ਹੈ ਇੱਥੇ? ਤੁਸੀਂ ਉਹਨੇ ਗੱਲ ਕਰ ਰਹੇ ਸੀ, ਪਾਰਟੀ ਦੀ ਗੱਲ ਕਰ ਰਹੇ ਸੀ, ਸ਼ਾਇਦ ਤੁਸੀਂ ਕਹਿ ਰਹੇ ਹੋ ਵੀ ਕਦੇ ਛੇਤੀ ਪਾਰਟੀ ਵਗੈਰਾ ਸ਼ੁਰੂ ਹੋ ਜਾਣ। ਸਾਡੇ ਲਗਭਗ ਸਾਰੀਆਂ ਚੀਜ਼ਾਂ ਦੁਬਾਰਾ ਤੋਂ ਬੰਦ ਕੀਤੀਆਂ ਜਾ ਰਹੀਆਂ। ਜਿਸ ਤਰ੍ਹਾਂ ਦੀਆਂ ਨਵੀਆਂ ਗਾਈਡਲਾਈਨਸ ਨੇ, ਨਵੀਆਂ ਇੰਸਟਰਕਸ਼ਨਸ ਨੇ, ਉਹਦੇ 'ਚ ਪੰਜਾਬ ਦੇ ਵਿੱਚ ਘੱਟੋ ਘੱਟ 20 ਤੋਂ ਜ਼ਿਆਦਾ ਗਿਣਤੀ ਕਿਤੇ ਵੀ ਨਹੀਂ ਹੋ ਸਕਦੀ। ਚਾਹੇ ਕੋਈ ਵਿਆਹ ਆ, ਚਾਹੇ ਕੋਈ ਭੋਗ ਦੀ ਰਸਮ ਹੈ, ਚਾਹੇ ਕੋਈ ਸੰਸਕਾਰ ਹੈ, ਯਾਨੀ 20 ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ। ਇਹ ਨਵੀਆਂ ਇੰਸਟਰਕਸ਼ਨ ਨੇ, ਸਕੂਲ ਕਾਲਜ 31 ਮਾਰਚ ਤੱਕ ਬੰਦ ਕਰ ਦਿੱਤੇ, ਕਾਲਜ ਦੇ ਜਿਹੜੇ ਐਗਜ਼ਾਮ ਜਿਹੜੇ ਆ ਉਹ ਪੋਸਟਪੋਨ ਕਰ ਦਿੱਤੇ ਗਏ ਆ। ਪਰ ਉਹਦੇ ਬਾਵਜੂਦ ਵੀ ਇੱਕ ਜਿਹੜੀ ਕੋਈ ਬਹੁਤ ਜ਼ਿਆਦਾ ਡਰ ਜਿੱਦਾਂ ਫੈਲ ਜਾਂਦਾ ਹੁੰਦਾ, ਏਦਾਂ ਦੀ ਸਿਚੁਏਸ਼ਨ ਘੱਟੋ ਘੱਟ ਪੰਜਾਬ 'ਚ ਨਹੀਂ ਹੈ। ਮਤਲਬ ਬਾਕੀ ਦੇਸ਼ ਦੇ ਵਿੱਚ ਵੀ ਜਿਹੜੀਆਂ ਖ਼ਬਰਾਂ ਆ ਰਹੀਆਂ ਨੇ, ਜਿੱਦਾਂ ਅੱਜ ਪਿਛਲੇ 24 ਘੰਟਿਆਂ ਦੇ ਜਿਹੜੇ ਕੇਸ ਨੇ ਉਹ ਲਗਭਗ 41,000 ਹੈ। ਉਹਦੇ ਚੋਂ 64% ਦੇ ਨੇੜੇ ਤੇੜੇ ਜਿਹੜੇ ਆ ਉਹ ਮਹਾਰਾਸ਼ਟਰ ਦੇ ਆ। ਮਹਾਰਾਸ਼ਟਰ 'ਚ ਬਹੁਤ ਜ਼ਿਆਦਾ ਕੇਸਿਸ ਆ ਰਹੇ ਨੇ ਤੇ ਉੱਥੇ 25,686 ਮਰੀਜ਼ਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਇੱਕੋ ਦਿਨ ਦੇ ਵਿੱਚ। ਯਾਨੀ ਟੋਟਲ ਜਿਹੜੇ ਪੇਸ਼ੈਂਟ ਆ ਰਹੇ ਨੇ ਰੋਜ਼, ਉਹਦੇ ਚੋਂ 63-64% ਇਕੱਲੇ ਮਹਾਰਾਸ਼ਟਰ ਦੇ। ਪਰ ਪੰਜਾਬ ਵੀ ਪਿੱਛੇ ਨਹੀਂ ਹੈ। ਪੰਜਾਬ ਦੇ ਵਿੱਚ ਭਾਵੇਂ ਐਡੀ ਵੱਡੀ ਪੱਧਰ ਤੇ ਕੇਸਿਸ ਨਹੀਂ ਆ ਰਹੇ, ਪਰ ਫਿਰ ਵੀ 2490 ਨਵੇਂ ਕੇਸ ਆਏ ਆ ਪਿਛਲੇ 24 ਘੰਟਿਆਂ ਦੇ ਵਿੱਚ ਤੇ 38 ਲੋਕ ਹੋਰ ਮਰੇ ਨੇ। ਤੇ ਇਸ ਕਰਕੇ ਇੱਕ ਚਿੰਤਾ ਤਾਂ ਹੈ, ਪਰ ਲੋਕ ਜਿਹੜੀਆਂ ਇੰਸਟਰਕਸ਼ਨ ਨੇ ਉਹਨਾਂ ਨੂੰ ਕੋਈ ਇੱਥੇ ਬਹੁਤਾ ਫਾਲੋ ਨਹੀਂ ਕਰਦਾ। ਜੇ ਕਿਸੇ ਨੇ ਮਾਸਕ ਵਗੈਰਾ ਵੀ ਲਗਾਏ ਨੇ ਤੇ ਉਹ ਉਦੋਂ ਹੀ ਲਾਇਆ ਜਾਂਦਾ ਜਦੋਂ ਸਾਹਮਣੇ ਪੁਲਿਸ ਵਾਲਾ ਕੋਈ ਦਿਖਾਈ ਦੇ ਦਿੰਦਾ ਵੀ ਕੋਈ ਚਲਾਨ ਕੱਟਿਆ ਜਾਊਗਾ। ਕੋਈ ਇੰਸਟਰਕਸ਼ਨ ਨੂੰ ਫਾਲੋ ਨਹੀਂ ਕਰ ਰਿਹਾ ਕਿ ਨਾ ਹੀ ਕੋਈ ਡਰ ਜਾਂ ਘਬਰਾਹਟ ਵਾਲੀ ਸਥਿਤੀ ਹੈ। ਪਹਿਲਾਂ ਜਦੋਂ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ ਕਰੋਨਾ ਇੰਟਰੋਡਿਊਸ ਹੋਇਆ, ਮੈਂ ਇੰਟਰੋਡਿਊਸ ਲਫ਼ਜ਼ ਜਾਣ ਬੁੱਝ ਕੇ ਵਰਤ ਰਿਹਾ, ਕਿਉਂਕਿ ਜਿਹੜੀਆਂ ਬਿਮਾਰੀਆਂ ਨੇ ਪਹਿਲਾਂ ਉਹ ਪੈਦਾ ਕੀਤੀਆਂ ਜਾਂਦੀਆਂ ਨੇ, ਫਿਰ ਵੈਕਸੀਨ ਦੇ ਨਾਂ ਦੇ ਉੱਤੇ, ਦਵਾਈ ਦੇ ਨਾਂ ਦੇ ਉੱਤੇ ਉਹ ਸਾਰੀ ਇੱਕ ਗੇਮ ਖੇਡੀ ਜਾਂਦੀ ਹੈ। ਸੋ ਆਪਾਂ ਨੂੰ ਨਹੀਂ ਪਤਾ, ਪਰ ਜਿਹੜੀਆਂ ਵੱਡੀਆਂ ਦਵਾਈ ਕੰਪਨੀਆਂ ਨੇ, ਵੱਡੇ ਘਰਾਣੇ ਨੇ, ਉਹਨਾਂ ਨੇ 2028 ਦੇ ਵਿੱਚ ਕਿਹੜਾ ਵਾਇਰਸ ਛੱਡਣਾ ਉਹਨਾਂ ਨੇ ਆਪਣੀ ਪਟਾਰੀ ਚੋਣੀ ਕੈਦ ਕਰਕੇ ਰੱਖਿਆ ਹੋਇਆ, ਬਕਾਇਦਾ ਤਰੀਕਾ ਲਿਖ ਕੇ ਰੱਖਿਆ ਹੋਇਆ ਵੀ ਇੰਨੀ ਤਰੀਕ ਨੂੰ ਇੰਨੇ ਸਾਲ ਇਸ ਸਾਲ ਨੂੰ ਆਹ ਨਵਾਂ ਵਾਇਰਸ ਜਿਹੜਾ ਆ ਇੰਟਰੋਡਿਊਸ ਕਰਨਾ। ਸੋ ਜਦੋਂ ਪਿਛਲੇ ਸਾਲ ਇੰਟਰੋਡਿਊਸ ਹੋਇਆ ਕਰੋਨਾ ਤੇ ਅੱਜ ਇੱਕ ਸਾਲ ਦਾ ਹੋ ਚੱਲਾ, ਉਹ ਆਪਣਾ ਨਵਾਂ ਆਪਣਾ ਜਨਮ ਦਿਨ ਮਨਾਉਣ ਦੀ ਸਿਚੁਏਸ਼ਨ ਚ ਆ ਗਿਆ ਤੇ ਪਿਛਲੇ ਸਾਲ ਦੇ ਮੁਕਾਬਲੇ ਡਰ ਭੈ ਬਹੁਤ ਘੱਟ ਆ ਸਾਡੇ ਜੀ। ਕਿਉਂਕਿ ਲੋਕ ਜਿਹੜੇ ਇੱਥੇ ਵੀ ਵੈਸੇ ਇੱਦਾਂ ਆ, ਕਿਉਂਕਿ ਓਨਾ ਡਰ ਨਹੀਂ ਹੈ ਜਿੰਨਾ ਪਹਿਲਾਂ ਸੀ, ਬਟ ਫਿਰ ਵੀ ਪ੍ਰਕੋਸ਼ਨ ਲੈਣਾ ਜ਼ਰੂਰੀ ਹੈ। ਅਸੀਂ ਵੀ ਇੱਥੇ ਸਾਰਿਆਂ ਨੂੰ ਇਹ ਦੱਸ ਦਈਏ, ਜਿਹੜੀ ਤੀਜੀ ਵੇਵ ਸ਼ੁਰੂ ਹੋਈ ਹੈ ਉਹ ਤੁਹਾਨੂੰ ਦੱਸਿਆ ਹੈ ਸਰਕਾਰ ਨੇ, ਡਾਕਟਰਾਂ ਨੇ, ਮਾਹਿਰ ਜਿੰਨੇ ਨੇ ਉਹਨਾਂ ਦੱਸਿਆ ਕਿ ਅਪ੍ਰੈਲ ਮਹੀਨੇ ਤੱਕ ਕੇਸ 5,000 ਤੱਕ ਜਾ ਸਕਦੇ ਨੇ, ਪਰ ਆਪਣਾ ਬਚਾਅ ਸਾਰਿਆਂ ਨੇ ਆਪ ਰੱਖਣਾ ਹੈ। ਸੰਸਦ ਸਾਹਿਬ, ਬਹੁਤ ਸਾਰੇ ਲੋਕ ਜਦੋਂ ਕੋਈ ਖਬਰ ਸੁਣਦੇ ਨੇ ਤੇ ਉਹ ਫਿਰ ਕਹਿ ਦਿੰਦੇ ਕਿ ਕਿਸਾਨ ਲੀਡਰ ਜਿਹੜੇ ਨੇ ਉਹਨਾਂ ਨੂੰ ਕਰੋਨਾ ਪੋਜ਼ਿਟਿਵ ਆਇਆ ਹੈ, ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਇਹ ਨੋਰਮਲ ਗੱਲ ਹੈ, ਇਸ ਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੀਆਂ ਖਬਰਾਂ ਨੂੰ ਜ਼ਿਆਦਾ ਉਭਾਰਿਆ ਨਾ ਜਾਵੇ, ਕਿਉਂਕਿ ਇਹ ਤਾਂ ਕਿਸੇ ਨੂੰ ਵੀ ਹੋ ਸਕਦਾ। ਬਹੁਤ ਸਾਰੇ ਲੋਕ ਦੱਸਦੇ ਹੀ ਨਹੀਂ, ਕਰੋਨਾ ਆਪਣੇ ਨਾਲ ਲਈ ਫਿਰਦੇ ਆ, ਉਹੀ ਤਾਂ ਵੱਡੀ ਪ੍ਰੋਬਲਮ ਆ ਜਿਹੜੇ ਲੋਕ ਦੱਸਦੇ ਨਹੀਂ। ਮੈਂ ਕਹਿੰਦਾ ਕਿ ਜੇ ਲੀਡਰ ਦੱਸਦੇ ਨੇ ਕੋਈ ਵੀ ਤਾਂ ਇਹ ਚੰਗੀ ਖਬਰ ਹੈ ਕਿ ਅਗਲੇ ਨੂੰ ਦੱਸਿਆ ਜਾਵੇ ਤਾਂ ਲੋਕ ਦੂਸਰੇ ਵੀ ਆਪਣੇ ਆਪ ਨੂੰ ਆਪਣਾ ਧਿਆਨ ਰੱਖਣ ਕਿ ਜੇ ਇਸ ਵਿਅਕਤੀ ਨੂੰ ਹੋ ਸਕਦਾ ਤਾਂ ਮੈਨੂੰ ਵੀ ਹੋ ਸਕਦਾ। ਮੈਂ
ਤੁਹਾਨੂੰ ਇੱਕ ਵੈਸੇ ਗੱਲ ਦੱਸਦਾ, ਪਹਿਲੀ ਗੱਲ ਤਾਂ ਚਲੋ ਦੱਸਦਾ ਤੁਹਾਨੂੰ, ਤੁਸੀਂ ਕਿਸਾਨ ਆਗੂਆਂ ਬਾਰੇ ਗੱਲ ਕੀਤੀ ਹੈ ਤੇ ਖਬਰ ਇਹੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਕੋਰੋਨਾ ਪੋਜ਼ਿਟਿਵ ਆਇਆ। ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਜਿੱਦਾਂ ਤੁਸੀਂ ਵੀ ਕਿਹਾ ਕਿਸੇ ਨੂੰ ਵੀ ਨੋਰਮਲੀ ਹੋ ਸਕਦਾ ਹੈ ਤੇ ਨਾ ਹੀ ਉਹਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਬਠਿੰਡੇ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ, ਡਾਕਟਰਾਂ ਨੇ ਵੀ ਜਿਹੜੀ ਗੱਲ ਕਹੀ ਉਹ 'ਚ ਵੀ ਕੋਈ ਘਬਰਾਉਣ ਵਾਲੀ ਗੱਲ ਨਹੀਂ। ਉਹ ਕਹਿੰਦੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆ, ਰੂਟੀਨ ਦੇ ਵਿੱਚ ਜਿਹੜਾ ਆਈਸੋਲੇਸ਼ਨ ਸਟੇਸ਼ਨ ਰੱਖੀ ਦਾ ਉਹ ਰੱਖਿਆ ਹੈ ਤੇ ਰੂਟੀਨ 'ਚ ਬੜੇ ਵਧੀਆ ਗੱਲਾਂ ਗੁੱਲਾਂ ਕਰ ਰਹੇ, ਕਿਸੇ ਕਿਸਮ ਦੀ ਤਕਲੀਫ ਨਹੀਂ ਹੈ ਤੇ ਹੋਰ ਦੋ ਚਾਰ ਦਿਨਾਂ ਤੱਕ ਉਹਨਾਂ ਨੇ ਇਹਦੇ ਤੋਂ ਬਾਹਰ ਆ ਜਾਣਾ ਕਿਉਂਕਿ ਉਹਨਾਂ ਦੇ 14 ਦਿਨ ਜਿਹੜੇ ਪੂਰੇ ਹੋ ਜਾਣੇ ਆ। ਸੋ ਅਲਟੀਮੇਟਲੀ ਕੋਈ ਡਰ ਭੈ ਵਾਲੀ ਗੱਲ ਨਹੀਂ ਹੈ। ਹੁਣ ਵੀ ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਹੈਗੇ ਆ ਉਹਨਾਂ ਦੇ ਫੋਨ ਆਉਂਦੇ ਨੇ ਕਿਸੇ ਨੂੰ ਪੋਜ਼ਿਟਿਵ ਆ ਗਿਆ, ਉਹਨਾਂ ਨੂੰ ਅਸੀਂ ਐਡਵਾਈਸ ਕਰਦੇ ਹਾਂ ਵੀ ਪਹਿਲੀ ਗੱਲ ਇਹਦੇ 'ਚ ਪ੍ਰੀਕੋਸ਼ਨ ਤਾਂ ਲਾਜ਼ਮੀ ਤੌਰ ਤੇ ਲੈਣੀ ਜ਼ਰੂਰੀ ਹੈ, ਉਹ ਲਓ, ਪਰ ਡਰਨਾ ਨਹੀਂ ਹੈ, ਡਰਨਾ ਨਹੀਂ ਹੈ, ਡਰ ਹੀ ਮੌਤ ਦਾ ਕਾਰਨ ਬਣਦਾ। ਸੋ ਏਦਾਂ ਦਾ ਕੋਈ ਮਸਲਾ ਨਹੀਂ ਹੈ, ਪਰ ਜਿਹੜਾ ਤੁਸੀਂ ਗੱਲ ਕਰ ਰਹੇ ਸੀ, ਮੈਂ ਇੱਕ ਤੁਹਾਨੂੰ ਇੱਕ ਰਿਐਲਿਟੀ ਥੋੜੀ ਦਿਖਾਉਣੀ ਚਾਹੁੰਦਾ ਜੀ। ਭਾਰਤ ਦੀ ਆਬਾਦੀ ਜਿਹੜੀ ਹੈ ਨਾ, ਭਾਰਤ ਦੀ ਆਬਾਦੀ ਹੈਗੀ ਆ 1,40,00,000,000 ਦੇ ਨੇੜੇ ਜੀ, 1,40,00,000,000 ਯਾਨੀ 140 ਕਰੋੜ। ਤੇ 140 ਕਰੋੜਾਂ ਦੀ ਟੈਸਟਿੰਗ ਕਰਨੀ ਹੋਵੇ, 140 ਕਰੋੜ ਦੀ, 1,40,00,000,000 ਦੀ ਟੈਸਟਿੰਗ ਕਰਨੀ ਹੋਵੇ ਤਾਂ ਘੱਟੋ ਘੱਟ 20-25 ਸਾਲ ਲੱਗਣੇ ਆ, 20-25 ਸਾਲ। ਜਿਹੜੀ ਟੈਸਟਿੰਗ ਹੋ ਰਹੀ ਹੈ, ਮੰਨ ਲਓ ਜਿਹੜੀ ਟੈਸਟਿੰਗ, ਆਪਾਂ ਮਿਸਾਲ ਦੇ ਤੌਰ ਤੇ ਗੱਲ ਕਰਦੇ ਹਾਂ ਵੀ ਜਿਹੜੀ ਟੈਸਟਿੰਗ ਮੰਨ ਲਓ 1,00,000 ਲੋਕਾਂ ਦੀ ਟੈਸਟਿੰਗ ਹੋਈ ਹੈ, 1,00,000 ਦੇ ਵਿੱਚੋਂ ਟੈਸਟਿੰਗ ਦੇ ਵਿੱਚੋਂ 1,000 ਜਿਹੜੇ ਪੇਸ਼ੈਂਟ ਲੱਭੇ ਆਏ ਆ, ਤੇ ਜੇ ਅੱਜ ਹੀ 1,00,000 ਚੋਂ 1,00,000 ਪੇਸ਼ੈਂਟ ਹੈ ਰੈਂਡਮਲੀ, ਇੰਨੇ ਕੀ ਆਉਣੇ ਆ ਕਿਉਂਕਿ 10% ਜਿਹੜੇ ਆ ਉਹ ਆਉਂਦੇ ਆ, ਤੇ ਜੇ 1,40,00,000 ਦੀ ਅੱਜੇ ਇੱਕੋ ਦਿਨ ਟੈਸਟਿੰਗ ਹੋ ਜਾਏ, ਫਿਰ ਇਹਦਾ ਮਤਲਬ ਇਸ ਵੇਲੇ ਜਿਹਨਾਂ ਦੇ ਟੈਸਟ ਵੀ ਨਹੀਂ ਹੋਏ, ਇਸ ਵੇਲੇ ਭਾਰਤ ਦੇ ਵਿੱਚ 5 ਕਰੋੜ ਤੋਂ ਜ਼ਿਆਦਾ ਪੇਸ਼ੈਂਟ ਹੈ ਕਰੋਨਾ ਦੇ, 5 ਕਰੋੜ ਤੋਂ ਜ਼ਿਆਦਾ ਜਿਹਨਾਂ ਦੇ ਟੈਸਟ ਨਹੀਂ ਹੋਏ, ਰੂਟੀਨ 'ਚ ਕਰੋਨਾ ਉਹਨਾਂ ਦਾ ਪੋਜ਼ਿਟਿਵ ਹੈ ਤੇ ਉਹ ਟੈਸਟ ਹੋਇਆ ਨਹੀਂ, ਪਰ ਉਹ ਨਿਕਲ ਜਾਣਾ, ਇੱਦੇ ਪਤਾ ਵੀ ਨਹੀਂ ਲੱਗਣਾ ਉਹਨਾਂ ਨੂੰ ਕਦੋਂ ਠੀਕ ਹੋ ਗਿਆ, ਕਦੋਂ ਉਹਨਾਂ ਨੂੰ ਕਰੋਨਾ ਹੋਇਆ ਸੀ, ਕਦੋਂ ਠੀਕ ਹੋ ਗਏ, ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਕਿਉਂਕਿ ਰੂਟੀਨ ਦਾ ਵਾਇਰਸ ਹੈ। ਮੈਂ ਅੱਗੇ ਵੀ ਗੱਲ ਦੱਸਦਾ ਹੁੰਦਾ ਵੀ ਜਿਹੜਾ ਨੋਰਮਲ ਵਾਇਰਸ ਹੈ, 100 ਮਰੀਜ਼ਾਂ ਦੇ ਵਿੱਚੋਂ 1 ਮਰੀਜ਼ ਮਰਦਾ, ਤੇ ਕਰੋਨਾ ਵਾਇਰਸ ਨੇ ਤਾਂ ਬਿਲਕੁਲ ਸਿੱਧ ਕਰ ਦਿੱਤਾ ਕਿ ਇਹ 100 ਜਿਹੇ ਮਰੀਜ਼ ਨੇ ਉਹ 'ਚੋਂ 2 ਮਰਦੇ ਆ, ਯਾਨੀ ਥੋੜਾ ਜ਼ਿਆਦਾ ਖਤਰਨਾਕ ਹੈ, ਪਰ ਮਰਦੇ 2 ਹੀ ਆ, 2 ਤੋਂ ਜ਼ਿਆਦਾ ਨਹੀਂ ਮਰਦੇ। ਇਸੇ ਕਰਕੇ ਜਿੰਨੇ ਵੀ ਹੁਣ ਤੱਕ ਦੁਨੀਆ ਭਰ ਦੇ ਵਿੱਚ ਕੇਸ ਆਏ ਆ ਪੋਜ਼ਿਟਿਵ, ਉਹਦੇ 'ਚ 98% ਠੀਕ ਹੋ ਗਏ। ਫਿਰ ਜਿਹੜਾ ਡਰ ਪਾਇਆ ਗਿਆ, ਲਓ ਜੀ ਕਰੋਨਾ ਦਾ ਇਲਾਜ ਹੀ ਕੋਈ ਹੈ ਨੀ, ਇਸ ਕਰਕੇ ਵੈਕਸੀਨ ਚਾਹੀਦੀ ਆ, ਫਲਾਨਾ ਚਾਹੀਦਾ, ਜੇ ਚਾਹੀਦਾ, ਉਹ ਚਾਹੀਦਾ, ਉਹ 98% ਕਿੱਦਾਂ ਠੀਕ ਹੋ ਗਏ? ਹੈ ਇਸ ਦਾ ਜਵਾਬ ਕਿਸੇ ਕੋਈ ਜਵਾਬ ਨਹੀਂ ਹੈ। ਐਵੇਂ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਪੋਲਿਟਿਕਸ ਹੋ ਰਹੀ ਹੈ, ਪੋਲਿਟਿਕਸ ਆਫ ਫੀਅਰ ਜਿਹਨੂੰ ਮੈਂ ਕਹਿੰਦਾ, ਦਹਿਸ਼ਤ ਦੀ ਸਿਆਸਤ ਹੈ, ਡਰਨ ਦੀ ਕੋਈ ਜ਼ਰੂਰਤ ਨਹੀਂ ਹੈ, ਪ੍ਰੀਕੋਸ਼ਨ ਲਾਜ਼ਮੀ ਤੌਰ ਤੇ ਲਓ। ਮੈਂ ਤੁਹਾਨੂੰ ਦੱਸ ਰਿਹਾ ਵੀ ਕਿਸੇ ਦਾ ਕੋਈ ਟੈਸਟ ਨਹੀਂ ਹੋਇਆ, 140 ਕਰੋੜ ਲੋਕਾਂ ਦਾ ਟੈਸਟ ਨਾ ਹੋ ਸਕਦਾ ਹੈ, 20-25 ਸਾਲ ਲੱਗਣਗੇ, ਤੇ 140 ਕਰੋੜ ਚੋਂ 5 ਕਰੋੜ ਇਸ ਵੇਲੇ ਕੋਰੋਨਾ ਦੇ ਮਰੀਜ਼ ਭਾਰਤ ਚ ਫਿਰਦੇ ਆ, ਪਰ ਪਤਾ ਹੀ ਨਹੀਂ ਕਿਹਨੂੰ ਹੈ ਕਿਹਨੂੰ ਨਹੀਂ ਜੀ। ਸਾਡੇ ਨਾਲ ਸਾਡੇ ਕਿਸੇ ਵੀ ਸਰੋਤਿਆਂ ਨੇ ਕਾਲ ਕਰਕੇ ਸਾਂਝ ਪਾਉਣੀ ਹੋਵੇ, 9054584444 ਮੇਰੇ ਕੁਛ ਸਰੋਤੇ ਮੇਰੇ ਨਾਲ ਗੁੱਸੇ ਨੇ, ਤਾਂ ਗੁੱਸਾ ਗਿੱਲਾ ਛੱਡ ਕੇ ਤੁਸੀਂ ਕਾਲ ਕਰ ਸਕਦੇ ਹੋ 9054584444 9054584444 ਸਾਂਝ ਸਾਹਿਬ, ਕਰੋਨਾ ਦੀ ਜਿੰਨੀਆਂ ਮੌਤਾਂ ਹੋ ਰਹੀਆਂ ਨੇ ਅੱਜ ਕੱਲ੍ਹ ਹਰ ਮੀਡੀਆ ਦੇ ਉੱਤੇ ਇਹਨਾਂ ਮੌਤਾਂ ਨੂੰ ਜ਼ਿਆਦਾ ਹਾਈਲਾਈਟ ਕੀਤਾ ਜਾਂਦਾ, ਤੁਸੀਂ ਲਾਓ ਵੀ ਕਿੰਨੇ ਐਕਸੀਡੈਂਟ ਹੁੰਦੇ ਇਸ ਨਾਲ, ਨਾਲ ਕੈਂਸਰ ਦੇ ਨਾਲ, ਹਾਰਟ ਅਟੈਕ ਦੇ ਨਾਲ, ਹੋਰ ਕਿੰਨੀਆਂ ਬਿਮਾਰੀਆਂ ਦੇ ਨਾਲ ਪਹਿਲਾਂ ਲੋਕ ਮਰਦੇ ਰਹੇ ਨੇ, ਹੁਣ ਉਹਨਾਂ ਦੀ ਗੱਲ ਨਹੀਂ ਕੀਤੀ ਜਾਂਦੀ ਜਿਹੜੇ ਜਿਸ ਵੀ ਵਿਅਕਤੀ ਦੀ ਕਿਤੇ ਮੌਤ ਹੁੰਦੀ ਹੈ, ਜਾਣਾ ਸਾਰਿਆਂ ਨੇ ਇੱਕ ਦਿਨ ਹੈ, ਤਾਂ ਜਿਸ ਵੀ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਨੂੰ ਕਰੋਨਾ ਦੇ ਵਿੱਚ ਧਕੇਲ ਦਿੱਤਾ ਜਾਂਦਾ, ਇੱਥੇ ਵੀ ਅਤੇ ਇੱਥੇ ਵੀ, ਦੁਨੀਆਂ ਦੇ ਵਿੱਚ ਕਿਤੇ ਵੀ ਬਾਕੀ ਦੀਆਂ ਬਿਮਾਰੀਆਂ ਦੀ ਜਿੰਨੀਆਂ ਮੌਤਾਂ ਹੁੰਦੀਆਂ ਉਹਨਾਂ ਨੂੰ ਇੱਕ ਪਾਸੇ ਛੱਡ ਕੇ। ਇਹ ਬੜੀ ਹੈਰਾਨੀ ਦੀ ਗੱਲ ਨਹੀਂ ਹੈ, ਬਹੁਤੀ ਹੈਰਾਨੀ ਦੀ ਗੱਲ ਨਹੀਂ ਹੈ, ਕਿਉਂਕਿ ਥੀਮ ਦਾ ਪਾਰਟ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ ਤਪਦਿਕ ਹੈ ਜਾਂ ਟੀਵੀ ਹੈ ਜਾਂ ਤੁਸੀਂ ਕਹਿ ਲਓ ਵੀ ਕੈਂਸਰ ਹੈ ਜਾਂ ਬਾਕੀ ਬਹੁਤ ਸਾਰੀਆਂ ਬਿਮਾਰੀਆਂ ਨੇ, ਦਿਲ ਦੇ ਦੌਰੇ ਨਾਲ ਬਹੁਤ ਸਾਰੇ ਲੋਕ ਮਰਦੇ ਨੇ, ਈਵਨ ਭੁੱਖ ਦੇ ਨਾਲ। ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਹਰ ਸਾਲ 25,000 ਬੱਚਾ ਭੁੱਖ ਨੇ ਮਰ ਜਾਂਦਾ, 25,000 ਬੱਚਾ ਹਰ ਸਾਲ ਭੁੱਖ ਦੇ ਨਾਲ ਹੀ, ਭੁੱਖਮਰੀ ਦਾ ਸ਼ਿਕਾਰ ਹੋ ਕੇ ਮਰ ਜਾਂਦਾ। ਹਿੰਦੁਸਤਾਨ ਦੀ ਹਾਲਤ ਹੈ, ਉਹਨੂੰ ਕਦੀ ਬਿਮਾਰੀ ਨੀ ਸਮਝਿਆ, ਅਸਲੀ ਬਿਮਾਰੀ ਤਾਂ ਭੁੱਖਮਰੀ ਹੈ ਨਾ। ਜਿਸ ਮੁਲਕ ਦੀ ਸਰਕਾਰ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਨਹੀਂ ਕਰ ਸਕਦੀ ਤੇ ਉਹ ਬੱਚਾ ਜਿਹੜਾ ਆ ਜੰਮਦਿਆਂ ਸਾਰ ਹੀ ਸੋਕੜੇ ਦਾ ਸ਼ਿਕਾਰ ਹੋ ਕੇ, ਭੁੱਖ ਦਾ ਸ਼ਿਕਾਰ ਹੋ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦਾ, ਉਹ ਸਰਕਾਰ ਨੂੰ ਸਰਕਾਰ ਪਾਉਣ ਦਾ ਹੱਕ ਹੈ ਜੀ।
ਇੱਦਾਂ ਹੀ ਤੁਸੀਂ ਇਕੱਲੇ ਇਕੱਲੇ ਡਾਟੇ ਕੱਢ ਲਓ। ਹੁਣ ਮੇਰੇ ਸਾਹਮਣੇ ਡਾਟੇ ਤਾਂ ਨਹੀਂ ਹੈ, ਪਰ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਕਈ ਵਾਰੀ ਸਾਂਝੇ ਵੀ ਕੀਤੇ ਹੈ, ਵੱਖ ਵੱਖ ਬਿਮਾਰੀਆਂ ਈਵਨ ਨਾਲ ਜਿਹੜਾ ਤੁਸੀਂ ਇੱਕ ਸੜਕੀ ਦਹਿਸ਼ਤਗਰਦੀ ਹੈਗੀ ਹੈ, ਸੜਕਾਂ ਦੀ ਜਿਹੜੀ ਪੂਰੀ ਦੀ ਪੂਰੀ ਦਹਿਸ਼ਤ, ਸੜਕਾਂ ਦੇ ਉੱਤੇ ਮੌਤ ਜਿਹੜੀ ਮੰਡਰਾਉਂਦੀ ਫਿਰਦੀ ਹੈ, ਉਹਦੇ ਡਾਟੇ ਕੱਢ ਲਓ। 15 ਬੰਦੇ ਰੋਜ਼ ਮਰਦੇ ਆ ਔਸਤਨ ਪੰਜਾਬ ਦੇ ਵਿੱਚ, ਪੰਜਾਬ 'ਚ ਔਸਤਨ 15 ਸੜਕਾਂ ਤੇ ਲੋਕ ਮਰ ਜਾਂਦੇ ਆ। ਉਹਨੂੰ ਕਦੀ ਸੋਚਿਆ ਸੀ ਵੀ ਇਹ ਵੀ ਇੱਕ ਸਾਡੀ ਸੋਸਾਇਟੀ ਦੀ ਸਾਡੀ ਸਾਡੀ ਕਹਿ ਲਓ ਸਿਸਟਮ ਦੀ ਬਹੁਤ ਵੱਡੀ ਬਿਮਾਰੀ ਹੈ, ਉਹਨਾਂ ਨੂੰ ਅਸੀਂ ਟ੍ਰੀਟ ਹੀ ਨਹੀਂ ਕਰਦੇ ਬਿਮਾਰੀ ਦੇ ਤੌਰ ਤੇ, ਇਹ ਵੀ ਬਿਮਾਰੀ ਹੈ। ਫਿਰ ਇਸੇ ਤਰ੍ਹਾਂ ਮਿਲਾਵਟ ਜਿਹਦੇ ਵੱਡੇ ਪੱਧਰ ਤੇ ਭਾਰਤ ਦੇ ਵਿੱਚ ਹੈਗੀ ਹੈ, ਉਹ ਮਿਲਾਵਟੀ ਖਾਣਾ ਖਾ ਕੇ ਫਿਰ ਜਿਹੜੀ ਹਵਾ ਦਾ ਪ੍ਰਦੂਸ਼ਣ ਹੈ ਜਾਂ ਨੋਇਸ ਪ੍ਰਦੂਸ਼ਣ ਆ, ਓਵਰਆਲ ਪੋਲਿਊਸ਼ਨ ਜਿਹੜਾ ਆ, ਉਹਦੇ ਨਾਲ ਕਿੰਨੀਆਂ ਮੌਤਾਂ ਹੁੰਦੀਆਂ, ਤੇ ਇਹ ਸਿਗਰਟ ਨੋਸ਼ੀ ਨਾਲ ਕਿੰਨੀਆਂ ਮੌਤਾਂ ਹੁੰਦੀਆਂ, ਤੇ ਬਾਕੀ ਡਰੱਗ ਦੇ ਨਾਲ ਕਿੰਨੀਆਂ ਮੌਤਾਂ ਹੁੰਦੀਆਂ। ਉਹ ਸਾਰੇ ਅੰਕੜੇ ਜੇ ਇਕੱਠੇ ਕਰਾਂਗੇ ਤਾਂ ਪਤਾ ਲੱਗੂਗਾ ਕਿ ਇਹ ਸਭ ਤੋਂ ਵੱਡੀਆਂ ਬਿਮਾਰੀਆਂ ਸਾਡੀ ਸੋਸਾਇਟੀ ਦੇ ਵਿੱਚ। ਅਸੀਂ ਉਹਨਾਂ ਨੂੰ ਬਿਮਾਰੀ ਦੇ ਤੌਰ ਤੇ ਲੈਂਦੇ ਨਹੀਂ, ਅਸੀਂ ਕਹਿੰਦੇ ਹਾਂ ਵੀ ਲਓ ਜੀ ਇਹ ਤਾਂ ਲੋਕਾਂ ਨੇ ਆਪ ਹੀ ਸਹੇੜੀਆਂ ਹੋਈਆਂ, ਆਪ ਹੀ ਨਹੀਂ ਸਹੇੜੀਆਂ ਹੋਈਆਂ, ਸਿਸਟਮ ਨੇ ਬਿਮਾਰੀਆਂ ਸਾਨੂੰ ਦਿੱਤੀਆਂ ਹੋਈਆਂ। ਤੇ ਹੁਣ ਬਹੁਤ ਵੱਡੀ ਗੱਲ ਜਿਹੜੀ ਇਹ ਹੈ ਵੀ ਜਿਹੜਾ ਵੀ ਬੰਦਾ ਦਿਲ ਦੇ ਦੌਰੇ ਨਾਲ ਮਰਦਾ ਉਹਨੂੰ ਦਿਲ ਦੇ ਦੌਰੇ ਦੇ ਖਾਤੇ 'ਚ ਪਾਉਂਦੇ ਨੇ, ਕਹਿੰਦੇ ਇਹ ਤਾਂ ਕੋਰੋਨਾ ਨੇ ਮਰਿਆ। ਇਸ ਤੋਂ ਵੱਡੀ ਕੀ ਮਿਸਾਲ ਹੋ ਸਕਦੀ ਹੈ ਵੀ ਸਰਦੂਲ ਸਿਕੰਦਰ ਦੀ ਮੌਤ ਕੋਰੋਨਾ ਦੇ ਖਾਤੇ 'ਚ ਪਾ ਦਿੱਤੀ। ਸਰਦੂਲ ਸਿਕੰਦਰ ਦੇ ਪਤਾ ਨੀ ਕਿੰਨੀਆਂ ਪ੍ਰੋਬਲਮ ਸੀਗੀਆਂ, ਉਹਦੇ ਗੁਰਦੇ ਫੇਲ ਹੋਏ ਸੀ, ਹੋਰ ਬੜੀਆਂ ਪ੍ਰੋਬਲਮ ਸੀਗੀਆਂ। ਸੋ ਅਲਟੀਮੇਟਲੀ ਮੇਰਾ ਮੰਨਣਾ ਵੀ ਇਹ ਹੈ ਤੇ ਕਹਿਣਾ ਵੀ ਇਹ ਹੈ ਵੀ ਸਾਨੂੰ ਇਹ ਬੜੇ ਸੂਖਮ ਤਰੀਕੇ ਨਾਲ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ। ਅਸੀਂ ਇੱਕ ਚੀਜ਼ ਨੂੰ ਹਊਆ ਬਣਾ ਕੇ ਕਿਉਂ ਪੇਸ਼ ਕਰ ਰਹੇ ਹਾਂ, ਇਹਦਾ ਮਤਲਬ ਪਿੱਛੇ ਕੋਈ ਗੇਮ ਖੇਡੀ ਜਾ ਰਹੀ ਹੈ। ਅੱਜ ਪੰਜਾਬ ਦੇ ਵਿੱਚ ਫੇਰ ਤੋਂ ਕੋਰੋਨਾ ਦੀ ਦੂਜੀ ਲਹਿਰ ਦੇ ਨਾਂ ਦੇ ਉੱਤੇ ਜਿਸ ਕਿਸਮ ਦੀ ਗੇਮ ਖੇਡੀ ਗਈ ਹੈ ਉਹ ਕਿਸਾਨ ਅੰਦੋਲਨ ਨੂੰ ਸੀਮਿਤ ਕਰਨ ਦੀ ਵੀ ਇੱਕ ਸਾਜਿਸ਼ ਹੈ। ਮਤਲਬ 20 ਬੰਦੇ ਕਿਤੇ ਨਾ ਇਕੱਠੇ ਹੋਣ, ਜਿਹੜੇ ਪੰਜਾਬ ਦੇ ਵਿੱਚ ਰੈਲੀਆਂ ਹੋ ਰਹੀਆਂ, ਮੁਜ਼ਾਹਰੇ ਹੋ ਰਹੇ ਆ, ਦਿੱਲੀ ਦੇ ਬਾਰਡਰ ਦੇ ਉੱਤੇ ਜਿਹੜਾ ਹੋਰ ਜ਼ਿਆਦਾ ਮਜ਼ਬੂਤ ਕਰਨਾ ਆਪਣਾ ਕਿਲਾ ਕਿਸਾਨਾਂ ਨੇ, ਉੱਧਰ ਨੂੰ ਲੋਕ ਨਾ ਹੋਰ ਜਾਣ, ਉਹ ਰਲ ਮਿਲ ਕੇ ਕੈਪਟਨ ਅਮਰਿੰਦਰ ਜੀ ਇਹਦੇ ਲੜੇ ਹੋਏ ਆ ਬੀਜੇਪੀ ਦੀ ਸਰਕਾਰ ਦੇ ਨਾਲ, ਕਿਉਂਕਿ ਕੋਈ ਨੀ ਚਾਹੁੰਦਾ ਕਿਸਾਨਾਂ ਦਾ ਅੰਦੋਲਨ ਸਫਲ ਹੋਵੇ। ਸੋ ਪੰਜਾਬ ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕੋਰੋਨਾ ਨੂੰ ਦੁਬਾਰਾ ਫੈਲਾਉਣ ਦੀ ਜਿਹੜੀ ਇੱਕ ਨੀਤੀ ਦਿਖਾਈ ਦੇ ਰਹੀ ਹੈ ਉਹ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਨੀਤੀ ਦੇ ਵਿੱਚੋਂ ਨਿਕਲੀ ਹੈ। ਤੁਹਾਡੀ ਗੱਲ ਦੇ ਵਿੱਚੋਂ ਗੱਲ ਇਹ ਹੈ ਕਿ ਹੁਣ ਭਾਵੇਂ ਬੀਜੇਪੀ ਨੇ ਹੋ ਸਕਦਾ ਹੈ ਕਿ ਕੈਪਟਨ ਨੂੰ ਵੀ ਮਿੱਠੀ ਗੋਲੀ ਦੇ ਦਿੱਤੀ ਹੋਵੇ, ਬਈ ਅਗਲੀ ਸਰਕਾਰ ਅਗਲੇ ਸਾਲ ਤੇਰੀ ਹੈ ਅਤੇ ਤੂੰ ਸਾਡਾ ਕਿਸੇ ਨਾ ਕਿਸੇ ਤਰ੍ਹਾਂ ਸਾਥ ਦਿੰਦਾ ਰਹਿ, ਇਹ ਅਕਾਲੀਆਂ ਦੇ ਨਾਲ ਤਾਂ ਅਸੀਂ ਚੋਣਾਂ ਲੜਨੀਆਂ ਨਹੀਂ, ਆਮ ਆਦਮੀ ਪਾਰਟੀ ਦਾ ਵੀ ਠੀਕ ਠਾਕ ਆ ਜੋ ਪਹਿਲਾਂ ਵੀ ਹੋਇਆ ਸੀ ਤੁਹਾਨੂੰ ਪਤਾ ਹੀ ਹੈ, ਪਰ ਹੋ ਸਕਦਾ ਕਿ ਕੈਪਟਨ ਨੂੰ ਵੀ ਬੀਜੇਪੀ ਨੇ ਗੋਲੀ ਦੇ ਦਿੱਤੀ ਹੋਵੇ, ਭਾਵੇਂ ਇਕੱਠੇ ਨਾ ਹੋਣ ਬਟ ਫਿਰ ਵੀ ਇਹ ਜ਼ਰੂਰ ਕਹਿਤਾ ਹੋਵੇ ਕਿ ਅਗਲੀ ਸਰਕਾਰ ਪੰਜਾਬ ਦੇ ਵਿੱਚ ਤੇਰੀ ਆ, ਅਸੀਂ ਪਿੱਛੇ ਬੈਠ ਕੇ ਤੇਰੀ ਮਦਦ ਕਰਾਂਗੇ। ਦੇਖੋ ਜਿਹੜੇ ਪੋਲੀਟੀਸ਼ਨ ਨੇ ਖਾਸ ਤੌਰ ਤੇ ਮੁੱਖ ਧਾਰਾ ਦੇ ਸਿਆਸਤਦਾਨ, ਮੁੱਖ ਧਾਰਾ ਦਾ ਕੀ ਮਤਲਬ ਹੈ, ਜਿਹੜੇ ਹਕੂਮਤ ਦੇ ਵਿੱਚ ਹੀ ਰਹਿੰਦੇ ਆ, ਚਾਹੇ ਉਹ ਓਪੋਜੀਸ਼ਨ ਚ ਹੋਣ ਤਾਂ ਵੀ ਉਹਨਾਂ ਦੀ ਹਕੂਮਤ ਹੁੰਦੀ ਹੈ। ਅੱਜ ਬਾਦਲ ਪਰਿਵਾਰ ਹਕੂਮਤ ਚ ਨਹੀਂ ਹੈ ਤੇ ਉਹਦੇ ਬਾਵਜੂਦ ਪੈਰਲਲ ਹਕੂਮਤ ਹੈ ਉਹਨਾਂ ਦੀ, ਜਿੰਨਾ ਟਰਾਂਸਪੋਰਟ ਤੇ ਕਬਜ਼ਾ ਆ ਇੱਧਰ ਉੱਧਰ ਸਾਰੀਆਂ ਚੀਜ਼ਾਂ, ਤਾਂ ਅੱਜ ਅਸੀਂ ਆ ਰਹੇ ਸੀ ਜਦੋਂ ਚੰਡੀਗੜ੍ਹ ਤੋਂ ਕਰਨਾਲ ਵੱਲ ਨੂੰ, ਰਸਤੇ ਚ ਬਹੁਤ ਸਾਰੇ ਵੱਡੇ ਰੈਸਟੋਰੈਂਟ ਜਿਹੜੇ ਆ, ਕਈਆਂ ਦੇ ਨਾਂ ਹਵੇਲੀ ਆ, ਜਿਹੜੇ ਮੇਰੇ ਨਾਲ ਸੀ ਕਹਿੰਦੇ ਵੀ ਇਹ ਹਵੇਲੀ ਤੇ ਵੀ ਅੱਜ ਕੱਲ੍ਹ ਬਾਦਲਾਂ ਦੀ ਕਬਜ਼ੇ ਆ, ਇੱਥੇ ਬਹੁਤ ਸਾਰੇ ਟਰਾਂਸਪੋਰਟ ਦੇ ਕਬਜ਼ੇ ਇਕੱਲੇ ਬਾਦਲਾਂ ਦੇ ਨਹੀਂ, ਕੁਝ ਕਾਂਗਰਸੀ ਹੈ ਗੱਲ ਹੈ, ਕਿਤੇ ਬੀਜੇਪੀ ਵਾਲੇ ਆ। ਸੋ ਭਾਈ ਇਹ ਸਾਰੇ ਮਾਸੀ ਦੇ ਧੀ ਪੁੱਤ ਹੈ, ਇਹਨਾਂ ਦੇ ਰਿਸ਼ਤੇ ਹੈ, ਇਸੇ ਕਿਸਮ ਦੇ ਰਿਸ਼ਤੇ ਆ, ਇਹਨਾਂ ਦੀਆਂ ਰਿਸ਼ਤੇਦਾਰੀਆਂ ਦੇਖ ਲਓ ਤੁਸੀਂ, ਮਤਲਬ ਉੱਪਰੋਂ ਲੜੀ ਜਾਣਗੇ, ਉੱਪਰੋਂ ਲੜੀ ਜਾਣਗੇ, ਲੋ ਪਤਾ ਨੀ ਕਿੰਨਾ ਕਿ ਇੱਕ ਦੂਜੇ ਦੇ ਖਿਲਾਫ਼ ਲੜਦੇ ਆ, ਸਰਦਾਰ ਸਿੰਘ ਸਿੰਘ ਮਾਨ ਤੇ ਕੈਪਟਨ ਅਮਰਿੰਦਰ ਸਾਧੂ ਆ, ਉਧਰੋਂ ਕੈਰੋਂ ਪਰਿਵਾਰ ਜਿਹੜਾ ਕਿਸੇ ਵੇਲੇ ਕਾਂਗਰਸ ਦਾ ਬਹੁਤ ਵੱਡਾ ਪਰਿਵਾਰ ਹੁੰਦਾ ਸੀ, ਬਿਲਾਸਪੁਰ ਕੈਰੋਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਰਹੇ, ਹੁਣ ਤੱਕ ਦੇ ਸਭ ਤੋਂ ਕਾਮਯਾਬ ਮੁੱਖ ਮੰਤਰੀ ਸਮਝੇ ਜਾਂਦੇ, ਕਾਂਗਰਸ ਦੇ ਲੀਡਰ ਸੀ, ਉਹਨਾਂ ਦਾ ਸਾਰਾ ਟੱਬਰ ਜਿਹੜਾ ਕਾਂਗਰਸੀ ਸੀ, ਅੱਜ ਕੱਲ੍ਹ ਉਹ ਬਾਦਲਾਂ ਦੇ ਜਵਾਈ ਹੈ, ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ, ਠੀਕ ਨੀ, ਇਹ ਰਲ ਮਿਲ ਕੇ ਸਾਰੀਆਂ ਚੀਜ਼ਾਂ ਖੇਡੀਆਂ ਜਾਂਦੀਆਂ, ਰਿਸ਼ਤੇਦਾਰੀਆਂ ਇਕੱਠੀਆਂ, ਧੰਦੇ ਇਕੱਠੇ, ਸਾਰਾ ਕੁਝ ਇਕੱਠਾ। ਇੱਥੇ ਚੰਡੀਗੜ੍ਹ ਦੇ ਆਲੇ ਦੁਆਲੇ ਜਿਹੜਾ ਬਕੈਰਾ ਨਾਗਰਾਂ ਵਾਲਾ ਏਰੀਆ ਆ, ਝੀਲ ਦੇ ਪਿੱਛੇ ਪੈਂਦਾ, ਉਹ ਪਹਾੜੀਆਂ ਜਿਹੀਆਂ, ਉਹ ਸਾਰੇ ਕਬਜ਼ੇ ਜਿਹੜੇ ਕੀਤੇ ਉਹਦੇ ਵਿੱਚੇ ਕਾਂਗਰਸ ਵੀ ਆ, ਵਿੱਚੇ ਅਕਾਲੀ ਆ, ਵਿੱਚੇ ਬੀਜੇਪੀ ਵਾਲੇ ਆ, ਕੋਰਟਾਂ ਚ ਕੇਸ ਚੱਲੀ ਚੁੱਲੀ ਜਾਂਦੇ ਆ, ਤੇ ਬਕਾਇਦਾ ਰਸਤੇ ਦਿੱਤੇ ਜਾਂਦੇ ਆ। ਹੁਣ ਮਤਲਬ ਜਿਹੜੀ ਮੇਰੇ ਕੋਲ ਜਾਣਕਾਰੀ ਇਹ ਹੈ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪੋਤੀ ਦਾ ਦੋਤੀ ਦਾ ਜਿਹੜਾ ਵਿਆਹ ਹੋਇਆ ਕੈਪਟਨ ਅਮਰਿੰਦਰ ਦੀ ਦੋਤੀ ਦਾ, ਉਹਦੀ ਜਿਹੜੀ ਪਾਰਟੀ ਵੱਡੀ ਦਿੱਤੀ ਗਈ ਉਹ ਬਾਦਲਾਂ ਦੇ ਹੋਟਲ ਚ ਦਿੱਲੀ ਦਿੱਤੀ ਗਈ, ਜਿਹੜੀ ਗੁਰਗਾਓਂ ਏਰੀਏ ਚ ਹੈ, ਮਤਲਬ ਏਅਰਪੋਰਟ ਤੇ ਜਿਹੜਾ। ਸੋ ਸਾਰਾ ਕੁਝ ਸੁੱਖ ਵਿਲਾਸ ਵੀ ਉਹਨਾਂ ਨੇ ਜਿਹੜਾ ਇੱਥੇ ਸਾਡੇ ਸੀਸਵਾ ਦੇ ਕੋਲ 7-star ਹੋਟਲ ਬਾਦਲਾਂ ਦਾ, ਉੱਥੇ ਪਾਰਟੀਆਂ ਪੋਟੀਆਂ ਅਰੇਂਜ ਕੀਤੀਆਂ ਕੈਪਟਨ ਸਾਹਿਬ ਨੇ। ਸੋ ਇਹਨੂੰ ਸਮਝ ਲੈਣਾ ਚਾਹੀਦਾ ਵੀ ਚਾਹੇ ਬੀਜੇਪੀ ਹੈ, ਚਾਹੇ ਅਕਾਲੀ ਹੈ, ਚਾਹੇ ਕਾਂਗਰਸੀ ਹੈ,
ਇਹ ਸਭ ਮਾਸੀ ਦੇ ਧੀ ਪੁੱਤ ਹੈਗੇ ਆ ਤੇ ਰਲ ਮਿਲ ਕੇ ਸਾਰੀ ਖੇਡ ਕੀਤੀ ਜਾਂਦੀ ਹੈ। ਉੱਤਰ ਖਾਟੂ ਮੈਚ ਜਿਹੜਾ ਦੀ ਜਿਹੜੀ ਇਹ ਸਾਰੀ ਪਰੰਪਰਾ ਬਣੀ ਹੋਈ ਹੈ ਉਹਦੇ ਚ ਇਹ ਦੇਖਦੇ ਆ, ਸਮਝਦੇ ਆ ਵੀ ਐਸਪੀ ਸਾਡੀ ਪੋਜੀਸ਼ਨ ਨਹੀਂ ਹੈ ਤੇ ਠੀਕ ਹੈ ਅੰਦਰ ਖਾਤੇ ਅਸੀਂ ਤੁਹਾਡੇ ਨਾਲ ਆ, ਆ ਜਾਓ ਤੁਸੀਂ ਹਕੂਮਤ ਦੇ ਵਿੱਚ, ਸਾਡੀ ਵੀ ਦੁਕਾਨਦਾਰੀ ਚੱਲੀ ਜਾਣ ਦਿਓ, ਜਦੋਂ ਅਸੀਂ ਆਵਾਂਗੇ ਤੇ ਤੁਹਾਡੀ ਵੀ ਦੁਕਾਨਦਾਰੀ ਚੱਲੀ ਜਾਏਗੀ, ਤੁਹਾਡੇ ਤੇ ਕਿਸੇ ਕਿਸਮ ਦੀ ਰੋਕ ਨਹੀਂ, ਸਿਰਫ ਦਿਖਾਵੇ ਵਾਸਤੇ ਕੇਸ ਦੇ ਜਿਹੜੇ ਪਾਏ ਜਾਂਦੇ ਆ। ਰਾਮ ਪਵਾਰ ਜੀ ਸਾਡੀ ਲਾਈਨ ਤੇ ਨੇ, ਰਾਮ ਜੀ, ਰਾਮ ਰਾਮ। ਰਾਮ ਰਾਮ ਜੀ, ਰਾਮ ਰਾਮ ਜੀ, ਪ੍ਰਣਾਮ। ਪ੍ਰਣਾਮ ਜੀ, ਰਾਮ ਕੁਮਾਰ ਜੀ, ਕੀ ਹਾਲ ਹੈ ਜੀ? ਤੁਹਾਡੇ ਤੁਹਾਡੇ ਹਰਿਆਣੇ ਚ ਇਸ ਵਕਤ ਮੈਂ ਬੈਠਾ ਜੀ ਕਰਨਾਲ, ਤੇ ਮੇਰੇ ਖਿਆਲ ਤੁਹਾਡਾ ਵੀ ਏਰੀਆ ਕਰਨਾਲ ਦੇ ਨੇੜੇ ਤੇੜੇ ਹੀ ਹੈ ਸ਼ਾਇਦ। ਸਾਰਾ ਹੀ ਆਪਣਾ ਜੀ, ਆਪਣਾ ਤਾਂ ਉਹ ਲਾਹੌਰ ਤੱਕ ਚਲਾ ਗਿਆ। ਤੇ ਪ੍ਰਣਾਮ, ਅਸੀਂ ਤਾਂ ਤੁਹਾਨੂੰ ਡਿੱਕੀ ਜਾਂਦੇ ਆ ਕਿ ਤੁਸੀਂ ਠੰਡ ਦੇ ਝੁਬਲੇ ਦਿਓਗੇ, ਤੁਸੀਂ ਚੰਗੀ ਖਬਰ ਦਿਓਗੇ। ਤੇ ਪਹਿਲੀ ਅਪਡੇਟ ਦਿਓ ਜੀ, ਵੀ ਸਰਵੇ ਕਹਿੰਦਾ ਵੀ ਆਪ ਦੇ ਸਿੱਟਾਂ ਜ਼ਿਆਦਾ ਆ ਰਹੀ ਹੈ, ਵੀ ਉਹ ਤਾਂ ਨਹੀਂ ਹੋਜੂ ਵੀ ਬੰਦਰਾਂ ਦੀ ਲੜਾਈ ਚ ਬਿੱਲੀ ਆਪਣਾ ਕੰਮ ਕਰਜੂ, ਤੇ ਜੇ ਖੁਦਾ ਨਾ ਖਾਸਤਾ ਆਪ ਚਲੋ ਆ ਗਈ ਤੇ ਸੀ ਐਮ ਕੌਣ ਹੋ? ਕਿਉਂਕਿ ਮੈਨੂੰ ਹੁਣ ਤੱਕ ਕੋਈ ਨਹੀਂ ਲੱਗਦਾ ਵੀ ਕੰਪੀਟੀਟਿਵ ਬੰਦਾ ਜਿਹੜਾ ਪੰਜਾਬ ਨੂੰ ਅੱਗੇ ਲੈ ਜੇ ਉਹ ਆਪਾਂ ਨੂੰ ਦਿਖ ਰਿਹਾ ਕੋਈ, ਤੇ ਪੰਜਾਬ ਨੂੰ ਇਸ ਟਾਈਮ ਪੋਲੀਟੀਸ਼ੀਅਨ ਨਹੀਂ, ਕੋਈ ਚੰਗਾ ਲੀਡਰ ਚਾਹੀਦਾ ਜੀ ਜਿਹੜਾ ਅੱਗੇ ਲੈ ਜੇ। ਤੇ ਦੂਜੀ ਜੀ, ਮੈਂ ਹੁਣ ਇੱਕ ਦੇਖਿਆ ਜਿਹੜਾ ਚੈਨਲ ਉੱਥੇ ਕਹਿ ਰਹੀ ਵੀ ਰੋਹਿੰਗਿਆ ਜਿਹੜੇ ਹੈ ਉਹਨਾਂ ਦਾ ਟਿਕਾਣਾ ਹੁਣ ਪੰਜਾਬ ਦੀ ਤਰਫ ਨਾ ਰੁੱਖ ਕਰ ਲਿਆ, ਕੋਈ ਅਪਡੇਟ ਹੈ ਚ ਕੋਈ ਖਬਰ ਹੈ? ਤੇ ਆਈ ਜਾਏ ਦੇਖੋ ਚੰਗੀ ਖਬਰ। ਚਲੋ ਜੀ, ਠੀਕ ਹੈ ਜੀ, ਥੈਂਕ ਯੂ ਜੀ, ਓਕੇ ਜੀ। ਰਾਮਪਾਲ ਜੀ, ਦੇਖੋ ਗੱਲ ਇਹ ਆ ਵੀ ਉਹ ਤਾਂ ਇੱਕ ਟੀਵੀ ਚੈਨਲ ਨੇ ਆਪਣਾ ਸਰਵੇ ਜਿਹਾ ਪੇਸ਼ ਕੀਤਾ ਜਿਹਦੇ ਚ ਉਹ ਇਹ ਦਾਅਵਾ ਕਰ ਰਿਹਾ ਵੀ ਦੇਖੋ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਉਹ ਗਰੋ ਕਰ ਰਹੀ ਹੈ, ਕੈਪਟਨ ਅਮਰਿੰਦਰ ਤੋਂ ਲੋਕ ਖੁਸ਼ ਨਹੀਂ ਹੈ। ਤੇ ਮਤਲਬ ਬਕਾਇਦਾ ਇੱਕ ਸਵਾਲ ਕੀਤਾ ਗਿਆ ਕਿ ਕਿੰਨੇ ਪਰਸੈਂਟ ਲੋਕ ਕੈਪਟਨ ਤੋਂ ਖੁਸ਼ ਹੈ, ਕੈਪਟਨ ਦੀ ਕਾਰਗੁਜ਼ਾਰੀ ਤੋਂ, ਕਿੰਨੇ ਨਹੀਂ? 30% ਨੇ ਕਿਹਾ ਜੀ ਅਸੀਂ ਤਾਂ ਜੀ ਕੈਪਟਨ ਤੋਂ ਜਿਹੜੇ ਨਾ ਖੁਸ਼ ਹੈ, 26 ਨੇ ਕਿਹਾ ਅਸੀਂ 26% ਨੇ ਕਿਹਾ ਅਸੀਂ ਖੁਸ਼ ਹੈ। ਫਿਰ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਗੱਲ ਆ ਗਈ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਦੁਬਾਰਾ ਰਿਵਾਈਵ ਕਰ ਰਹੀ ਹੈ ਪੰਜਾਬ ਦੇ, ਇਹ ਇੱਕ ਟੀਵੀ ਚੈਨਲ ਪ੍ਰੈਡਿਕਸ਼ਨ ਜਿਹੜੀਆਂ ਹੈਗੀਆਂ। ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਟੀਵੀ ਚੈਨਲ ਦੀਆਂ ਪ੍ਰੈਡਿਕਸ਼ਨ ਜਿਹੜੀਆਂ ਟੀਵੀ ਦੀਆਂ ਇਹ ਪ੍ਰੈਡਿਕਸ਼ਨ ਹੈਗੀਆਂ ਜਾਂ ਕਿਸੇ ਵੀ ਸੋਸ਼ਲ ਮੀਡੀਆ ਦੀ ਪ੍ਰੈਡਿਕਸ਼ਨ ਜਿਹੜੀਆਂ ਉਹ ਕਦੀ ਵੀ ਜਿਹੜੀਆਂ 100% ਸੱਚ ਨਹੀਂ ਹੁੰਦੀਆਂ, ਈਵਨ 100% ਕਈ ਵਾਰੀ ਤਾਂ ਉਲਟ ਜਾਂਦੀਆਂ। ਇਹ ਉਹ ਸਾਰੇ ਚੈਨਲ ਚੁਨਲ ਸੀਗੇ ਜਦੋਂ ਪਿਛਲੇ ਇਲੈਕਸ਼ਨ ਦੇ ਵਿੱਚ 100 ਦੇ ਕਰੀਬ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਰਹੇ ਸੀ, ਉਦੋਂ ਹਵਾ ਸੀ, ਇੱਕ ਲਹਿਰ ਸੀ, ਹਰ ਬੰਦਾ ਆਮ ਆਦਮੀ ਪਾਰਟੀ ਦੀ ਗੱਲ ਕਰ ਰਿਹਾ ਸੀ। ਅਸੀਂ ਰਿਐਲਿਟੀ ਚ ਬੈਠੇ ਹਾਂ, ਸਾਡੇ ਗਰਾਊਂਡ ਚ ਬੈਠੇ ਹਾਂ, ਲੋਕਾਂ ਨੂੰ ਰੋਜ਼ ਮਿਲਦੇ ਗਿਲਦੇ ਹਾਂ, ਸਾਨੂੰ ਪਤਾ ਕਿ ਉਹ ਸਿਚੁਏਸ਼ਨ ਨਹੀਂ ਹੈ। ਉਹ ਸਿਚੁਏਸ਼ਨ ਵੀ ਰਿਪੀਟ ਹੋ ਜਾਵੇ ਪਿਛਲੀ ਵਾਰੀ ਤਾਂ ਵੀ 20 ਸੀਟਾਂ ਮਿਲੀਆਂ ਸੀ ਨਾ, ਪਿਛਲੀ ਸਿਚੁਏਸ਼ਨ ਕਿੱਦਾਂ ਰਿਪੀਟ ਹੋ ਸਕਦੀ ਹੈ? ਪਿਛਲੀ ਸਿਚੁਏਸ਼ਨ ਜੇ ਰਿਪੀਟ ਹੋਣੀ ਹੁੰਦੀ ਤਾਂ 4 MP ਸੀਗੇ ਕਾਂਗਰਸ ਦੇ, ਆਪਣੇ ਆਮ ਆਦਮੀ ਪਾਰਟੀ ਦੇ, ਪੰਜਾਬ ਤੋਂ ਸੀ ਸਾਰੇ ਦੇਸ਼ ਤੋਂ 4 MP, ਇੱਕ ਰਹਿ ਗਿਆ ਭਗਵੰਤ ਮਾਨ। ਉਹ ਭਗਵੰਤ ਮਾਨ ਵੀ ਆਪਣੇ ਦਮ ਤੇ, ਆਮ ਆਦਮੀ ਪਾਰਟੀ ਕਰਕੇ ਨੀ ਭਗਵੰਤ ਮਾਨ ਜਿੱਤਿਆ ਸੰਗਰੂਰ, ਉਹਨੇ ਆਪਣੀ ਇੱਕ ਸੇ ਬਣਾਈ ਹੈ ਆਪਣੇ ਇਲਾਕੇ ਦੇ ਵਿੱਚ, ਪਰ ਉਹਦੀ ਵੀ ਵੋਟ ਬਹੁਤ ਘੱਟ ਹੀ ਸੀ। ਇੱਕ ਪਾਸੇ ਉਹ ਜਦੋਂ ਪਹਿਲੀ ਵਾਰ ਜਿੱਤਿਆ ਸੀ 4 ਲੱਖ ਤੋਂ ਜ਼ਿਆਦਾ ਵੋਟਾਂ ਨੇ ਜਿੱਤਿਆ ਸੀ, ਐਸਪੀ 1 ਲੱਖ ਦੀ ਲੀਡ ਰਹਿ ਗਈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਗਰਾਊਂਡ ਰਿਐਲਿਟੀ ਕੁਝ ਹੋਰ ਹੈ, ਇਹ ਜਿਹੜੇ ਸਰਵੇ ਵਗੈਰਾ ਆਉਂਦੇ, ਓਪੀਨੀਅਨ ਪੋਲਸ ਆਉਂਦੇ ਆ, ਇਹਦੇ ਚ ਕੋਈ ਬਹੁਤੀ ਸਟੈਟਿਸਟਿਕ ਨਹੀਂ ਹੁੰਦੀ, ਕਿਤੇ ਕੋਈ ਕੋਈ ਨਾ ਕੋਈ ਪਾਰਟ ਹੁੰਦਾ ਵੀ ਹਾਂ ਕਿਵੇਂ ਜੇ ਕਾਂਗਰਸ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਵਿੱਚ ਜਿੱਤ ਰਹੀ ਹੈ ਤੇ ਇੱਕ ਨਵੀਂ ਚੀਜ਼ ਜਿਹੜੀ ਛੱਡ ਦਿੱਤੀ ਜਾਏ ਤਾਂ ਜੋ ਕਾਂਗਰਸ ਤੋਂ ਮੂੰਹ ਮੋੜਨ ਵੱਲ ਕੋਈ ਨਾ ਕੋਈ ਰਸਤਾ ਮਿਲ ਜਾਏ ਤੇ ਬੀਜੇਪੀ ਜਿਹੜੀ ਆ ਫੇਰ ਤੋਂ ਕੋਰ ਟਰੰਕ ਤੇ ਆ ਜਾਏ, ਕਿਉਂਕਿ ਇਹ ਜਿਹੜੇ ਚੈਨਲ ਚੂਨਲ ਨੇ ਜਿਹੜੇ ਸਾਰਾ ਕੁਝ ਦੇ ਰਹੇ ਨੇ, ਇਹ ਅਸਲ ਦੇ ਵਿੱਚ ਜਿਹਨੂੰ ਅਸੀਂ ਗੋਦੀ ਮੀਡੀਆ ਕਹਿੰਦੇ ਹਾਂ, ਗੋਦੀ ਕਿਹਦੇ ਚ ਬੈਠੇ ਹੈ? ਬੀਜੇਪੀ ਦੀ ਗੋਦੀ ਚ ਬੈਠੇ ਹੋਏ ਨਾ, ਨਰਿੰਦਰ ਮੋਦੀ ਦੀ ਗੋਦੀ ਚ ਬੈਠੇ ਹੋਏ ਆ। ਸੋ ਮੈਨੂੰ ਲੱਗਦਾ ਉਧਰੋਂ ਕੋਈ ਨਾ ਕੋਈ ਤਾਰ ਹਿੱਲੀ ਹੁੱਲੀ ਲੱਗਦੀ ਹੈ ਵੀ ਸਾਡੇ ਪ੍ਰਤੀ ਤਾਂ ਇੱਕ ਹੇਟ ਹੈ ਪੰਜਾਬ ਦੇ ਵਿੱਚ, ਬੀਜੇਪੀ ਪ੍ਰਤੀ, ਅਕਾਲੀਆਂ ਪ੍ਰਤੀ ਵੀ ਇੱਕ ਨਫ਼ਰਤ ਦੀ ਸਥਿਤੀ ਬਣੀ ਹੋਈ ਹੈ। ਵੀ ਜੇ ਵਾਕਓਵਰ ਮਿਲ ਰਿਹਾ ਕਾਂਗਰਸ ਨੂੰ, ਕਿੱਦਾਂ ਢਾਹ ਲਾਈ ਜਾ ਸਕਦੀ? ਲੋਕਾਂ ਚ ਇੱਕ ਨਵਾਂ ਸ਼ਕੂਫਾ ਕੀ ਛੱਡਿਆ ਜਾ ਸਕਦਾ ਵੀ ਸ਼ਾਇਦ ਕਿਸਾਨ ਅੰਦੋਲਨ ਦੇ ਨਾਂ ਤੇ ਇੱਕਜੁੱਟ ਵੋਟ ਜਿਹੜੀ ਹੈ ਇੱਧਰ ਨੂੰ ਸ਼ਾਇਦ ਪਰਿਵਾਰ ਨੂੰ ਰੁਕੇ ਔਖੇ ਸੌਖੇ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ ਜਾਏ ਤੇ ਸਾਡੀ ਜਿਹੜੀ ਹੈ ਕਿਹਾ ਜਾ ਰਿਹਾ ਕਿ 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਖਟਖੜ ਕਲਾਂ ਦੇ ਵਿੱਚ, ਅਤੇ ਉੱਥੇ ਬਹੁਤ ਵੱਡਾ ਇਕੱਠ ਹੋ ਸਕਦਾ। ਤੁਹਾਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਦੇ ਜੋ ਸੰਘਰਸ਼ ਹੈ ਉਸ ਦੇ ਮੁਤਲਕ ਜਿਹੜੀ ਮਹਾਂਪੰਚਾਇਤ ਉੱਥੇ ਕੀਤੀ ਜਾ ਸਕਦੀ? ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਗੁਰਦਾਸਪੁਰ ਦੇ ਵਿੱਚ ਸਾਬਕਾ ਫੌਜੀਆਂ ਤੇ ਕਿਸਾਨਾਂ ਦਾ ਸਾਂਝਾ ਇਕੱਠ ਸੀ,
ਤੇ ਇਹਦੇ ਵਿੱਚ ਵੀ ਇਹਨੇ ਨਵੀਆਂ ਇੰਸਟਰਕਸ਼ਨ ਆਈਆਂ ਸਰਕਾਰ ਨੂੰ ਵੀ ਤੁਸੀਂ 20 ਬੰਦਿਆਂ ਤੋਂ ਜ਼ਿਆਦਾ ਇਕੱਠੇ ਨਹੀਂ ਹੋ ਸਕਦੇ। ਪਰ ਸਾਰੀਆਂ ਉਹਨੇ ਇੰਸਟਰਕਸ਼ਨਸ ਨੂੰ ਬਿਲਕੁਲ ਉਹਦੀਆਂ ਧੱਜੀਆਂ ਉਡਾਉਂਦਿਆਂ ਹੋਇਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਦੇ ਸਾਬਕਾ ਫੌਜੀ ਗੁਰਦਾਸਪੁਰ ਇਕੱਠੇ ਹੋਏ, ਜਿੱਥੇ ਮੁੱਖ ਬੁਲਾਰੇ ਦੇ ਤੌਰ ਤੇ ਸਿੱਖ ਕਿਸਾਨ ਮੋਰਚੇ ਵੱਲੋਂ ਬਲਵੰਤ ਸਿੰਘ ਸੰਧੂ ਪਹੁੰਚੇ ਸੀ। ਇਸੇ ਤਰ੍ਹਾਂ 23 ਮਾਰਚ ਦਾ ਜਿਹੜਾ ਸੱਦਾ ਆ ਇਹਨੂੰ ਹੁਣ ਕਿਵੇਂ ਸਿਰੇ ਚਾੜਨਾ, ਕਿਉਂਕਿ 23 ਮਾਰਚ ਨੂੰ ਦੋ ਤਰ੍ਹਾਂ ਦੇ ਆਰਡਰ ਦੇ ਉੱਤੇ ਆ ਜੀ। ਆਰਡਰ ਦੇ ਉੱਤੇ ਜਿਹੜੇ ਪੰਜਾਬ ਤੋਂ ਕਿਹਾ ਗਿਆ ਕਿ ਜਿਹੜੇ ਮਾਲਵੇ ਦੇ ਕਿਸਾਨ ਹੈ ਜਾਂ ਨੌਜਵਾਨ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੱਖ ਵੱਖ ਥਾਵਾਂ ਤੇ ਧਰਨੇ ਹੈ ਇਹਦੀਆਂ ਹੱਦਾਂ ਦੇ ਉੱਤੇ ਉੱਥੇ ਆਉਣ, ਪਰ ਦੁਆਬਾ ਦਾ ਮਾਝਾ ਵੱਡੀ ਗਿਣਤੀ ਦੇ ਵਿੱਚ ਖਟਕਣਾ ਪਹੁੰਚੇ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਿਹਨੇ ਇਹ ਨਵੀਆਂ ਇੰਸਟਰਕਸ਼ਨ ਜਾਰੀ ਕੀਤੀਆਂ ਵੀ 20 ਬੰਦੇ ਤੋਂ ਜ਼ਿਆਦਾ ਬੰਦੇ ਇਕੱਠੇ ਨਾ ਹੋਣ, ਕੀ ਇਹ ਅਲਾਓ ਕਰੇਗੀ ਕਿ ਉੱਥੇ ਖਟਕੜਾਂ ਚ ਬਹੁਤ ਸਾਰੇ ਲੋਕ ਆ ਜਾਣ? ਤੇ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਇਹ ਰੋਕਣ ਦੀ ਕੋਸ਼ਿਸ਼ ਕਰੇਗੀ। ਜੇ ਸਰਕਾਰ ਨੇ ਕਿਸਾਨਾਂ ਦੀ ਮਹਾਂਪੰਚਾਂ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਖਟਕੜ ਕਲਾਂ ਦੀ ਕੋਰੋਨਾ ਦੇ ਬਹਾਨੇ ਨਾਲ, ਤਾਂ ਫਿਰ ਸਾਫ਼ ਹੋ ਜਾਏਗਾ ਕਿ ਕੈਪਟਨ ਅਮਰਿੰਦਰ ਜੀ ਜਿਹੜੇ ਆ ਉਹ ਸ਼ਾਇਦ ਇਸ ਕਿਸਾਨ ਅੰਦੋਲਨ ਨੂੰ ਜਿੱਤਿਆ ਹੋਇਆ ਨਹੀਂ ਦੇਖਣਾ ਚਾਹੁੰਦੇ ਤੇ ਅੰਦਰ ਖਾਤੇ ਕੋਈ ਨਾ ਕੋਈ ਤਾਰ ਜੁੜੀ ਹੋਈ ਹੈ ਬੀਜੇਪੀ ਨਾਲ, ਨਰਿੰਦਰ ਮੋਦੀ ਨਾਲ। ਜੇ ਫਿਰ ਸਾਬਤ ਹੋ ਜਾਏਗਾ, ਜੇ ਇਹਨਾਂ ਦਿਨਾਂ 'ਚ ਇਹ ਸਾਬਤ ਹੋ ਜਾਏਗਾ ਤਾਂ ਫਿਰ ਗੁੱਸਾ ਜਿਹੜਾ ਕਿਸਾਨਾਂ ਦਾ ਇੱਕ ਪਾਸੇ ਤੇ ਨਰਿੰਦਰ ਮੋਦੀ ਜਾਂ ਬੀਜੇਪੀ ਦੀ ਪ੍ਰਤੀ ਹੈ, ਉਹ ਪੰਜਾਬ 'ਚ ਜਿਹੜਾ ਕਾਮਨ ਕਿਸਾਨ ਨੇ ਵੀ ਵੋਟ ਕਰਨਾ ਸੀ ਕੈਪਟਨ ਅਮਰਿੰਦਰ ਨੂੰ ਉਹ ਵੀ ਨਹੀਂ ਕਰੇਗਾ। ਏਡਾ ਵੱਡਾ ਨੁਕਸਾਨ ਕੀ ਕੈਪਟਨ ਅਮਰਿੰਦਰ ਬਰਦਾਸ਼ਤ ਕਰਨ ਲਈ ਤਿਆਰ ਨੇ? ਅਸੀਂ ਗੱਲਬਾਤ ਕਰਨ ਜਾ ਰਹੇ ਬਹੁਤ ਛੇਤੀ ਸਟੀਵਨ ਫਰਨੀਚਰ ਤੇ ਦੱਸ ਦਈਏ ਕਿ ਮੌਸਮ ਬੜਾ ਵਧੀਆ ਹੈ, ਸਟੀਵਨ ਫਰਨੀਚਰ ਦੇ ਉੱਤੇ ਬਹੁਤ ਵੱਡੀ ਸੇਲ ਇਸ ਵੀਕਐਂਡ ਤੇ ਲਾ ਦਿੱਤੀ ਗਈ ਹੈ। ਭਾਜੀ ਕੀ ਅਪਡੇਟ ਹੈ, ਕਿਉਂਕਿ ਮੌਸਮ ਬੜਾ ਵਧੀਆ ਹੈ, ਸਟੀਵਨ ਫਰਨੀਚਰ ਖੁੱਲ੍ਹਾ ਵੀ ਹੈ, ਅਤੇ ਕਿਹੜੀ ਕਿਹੜੀ ਆਈਟਮ ਜਿਹੜੀ ਸੇਲ 'ਤੇ ਨੇ ਥੋੜ੍ਹੀ ਜਾਣਕਾਰੀ ਦਿਓ। ਹਾਂਜੀ ਬਹੁਤ ਭਾਜੀ, ਸਭ ਤੋਂ ਪਹਿਲਾਂ ਆਪ ਜੀ ਨੂੰ ਅਤੇ ਸੁਸ਼ੀਲ ਭਾਜੀ ਨੂੰ, ਸਾਰੇ ਆਪਣੇ ਲਿਸਨਰ ਅਤੇ ਟੀਵੀ ਦੇਖ ਰਹੇ ਪ੍ਰੋਗਰਾਮ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਕੀਤਾ ਜਾਂਦਾ ਹਰ ਇੱਕ ਵੀਕਐਂਡ ਤੇ, ਡਿਫਰੈਂਟ ਆਈਟਮ ਜਿਹੜੀਆਂ ਫਰਨੀਚਰ ਦੀਆਂ ਜਿਹੜੀਆਂ ਲੈ ਕੇ ਆਉਂਦੀਆਂ ਲੈ ਕੇ ਆਈ ਦੀਆਂ। ਇਸ ਵੀਕ ਤੇ ਅਸੀਂ ਦੋ ਕੁ ਸਟਾਈਲ ਜਿਹੜੇ ਬੈਡਰੂਮ ਦੇ ਇੰਟਰੋਡਿਊਸ ਕਰ ਰਹੇ ਹੈਗੇ ਆ। ਸੋ ਮੈਂ ਸਰੋਤਿਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਬਿਲਕੁਲ ਲੇਟੈਸਟ ਨਵੇਂ ਡਿਜ਼ਾਈਨ ਆਏ ਆ। ਸੋ ਇਸ ਬੈਡਰੂਮ ਸੈੱਟ ਦੀ ਪ੍ਰਾਈਸ ਜਿਹੜੀ ਹੈ ਤਕਰੀਬਨ ਮਾਰਕੀਟ ਵਿੱਚ 2200-2400 ਤੱਕ ਹੋਏਗੀ, ਬਟ ਸਟੀਵਨ ਫਰਨੀਚਰ ਦੇ ਇਸ ਵੀਕਐਂਡ ਤੇ ਅਸੀਂ ਤੁਹਾਨੂੰ ਫਸਟ ਕਮ ਫਸਟ ਸਰਵ ਦੇ ਵਿੱਚ ਓਨਲੀ 1499 ਦੇ ਵਿੱਚ ਪੂਰਾ 8 ਪੀਸ ਕੰਪਲੀਟ ਬੈਡਰੂਮ ਸੈੱਟ ਦੇਵਾਂਗੇ। ਚਾਹੇ ਤੁਸੀਂ ਸਿੰਗਲ ਬੈੱਡ ਲੈਣਾ ਇਹਦੇ ਵਿੱਚ ਜਾਂ ਤੁਸੀਂ ਡਬਲ ਕੁਈਨ, ਸੋ ਤਿੰਨੇ ਸਾਈਜ਼ ਜਿਹੜੇ ਹੈਗੇ ਪੂਰੇ 8 ਪੀਸ ਕੰਪਲੀਟ ਸੈੱਟ ਲੈ ਸਕਦੇ ਹੋ 1499 ਦੇ ਵਿੱਚ। ਬਿਊਟੀਫੁਲ ਕਲਰ ਹੈਗਾ। ਸੋ ਇਸ ਤਰ੍ਹਾਂ ਹੀ ਆਪਣੇ ਕੋਲ ਸੋਫਾ ਸੈੱਟ ਜੀ ਤਕਰੀਬਨ $2200 ਦਾ ਹੈਗਾ ਰਿਟੇਲ, ਇਹ ਵੀ ਤੁਹਾਨੂੰ ਜਿਹੜਾ ਦਿੱਤਾ ਜਾਏਗਾ ਓਨਲੀ 1499 ਦੇ ਵਿੱਚ। ਕੈਨੇਡੀਅਨ ਮੇਡ ਸੋਫਾ ਸੈੱਟ ਹੈ ਜੀ ਇਹ, 3-piece ਸੋਫਾ, ਲਵ ਸੀ ਟੈਂਟ ਚੇਅਰ ਐਂਡ ਕਿਚਨ ਟੇਬਲ ਜਿਹੜੇ ਬਹੁਤ ਵਧੀਆ ਆਏ ਨੇ ਆਪਣੇ ਕੋਲ। 7-piece ਸੈੱਟ ਜਿਹੜਾ ਤੁਸੀਂ 1199 ਵਾਲਾ ਉਹ ਤੁਹਾਨੂੰ ਮਿਲੇਗਾ ਓਨਲੀ 699 ਦੇ ਵਿੱਚ। ਸੋ ਇਹ ਬਹੁਤ ਸਾਰੀਆਂ ਲੋ ਪ੍ਰਾਈਸਿਸ ਦੇ ਉੱਤੇ ਲੱਗੀਆਂ ਹੋਈਆਂ ਨੇ 3-4 ਆਈਟਮ। ਤੁਸੀਂ ਇਸਦਾ ਜ਼ਰੂਰ ਸਟੀਵਨ ਫਰਨੀਚਰ ਤੇ ਪਹੁੰਚ ਕੇ ਫਾਇਦਾ ਉਠਾਓ। ਬਹੁਤ ਸਾਰੇ ਆਪਣੇ ਕੋਲ ਰਿਕਲਾਈਨਰ ਸੋਫਾ ਸੈੱਟ ਨੇ, ਜਿਹੜਾ ਕਿ $2400 ਦਾ ਰਿਕਲਾਈਨਰ ਸੋਫਾ ਸੈੱਟ ਸੀਗਾ ਉਹ ਤੁਹਾਨੂੰ ਮਿਲ ਰਿਹਾ ਸਿਰਫ ਤੇ ਸਿਰਫ $1499 ਦੇ ਵਿੱਚ, ਉਹ ਵੀ 3-piece ਵਿਦ 5 ਰਿਕਲਾਈਨਰ ਮਲਟੀ ਫੰਕਸ਼ਨ ਦੇ ਨਾਲ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਡੀਲਸ ਆਪਣੇ ਕੋਲ। ਮੈਟਰਸ ਨੇ ਜਿਹੜੇ ਕੈਨੇਡੀਅਨ ਮੇਡ ਲਗਜ਼ਰੀ ਟੌਪ ਆਫ ਲਾਈਨ ਦਾ $899 ਦਾ ਮੈਟਰਸ ਜਿਹੜਾ ਤੁਹਾਨੂੰ ਮਿਲ ਰਿਹਾ 399 ਦੇ ਵਿੱਚ, ਐਂਡ 699 ਵਾਲਾ ਕੁਈਨ ਸਾਈਜ਼ ਪਿਲੋ ਟਾਪ ਮੈਟਰਸ ਜਿਹੜਾ ਤੁਹਾਨੂੰ ਮਿਲ ਰਿਹਾ 299, ਐਂਡ ਹਾਈ ਡੈਂਸਿਟੀ ਬੈਕ ਸਪੋਰਟ ਜਿਹੜੀ ਮੈਟਰਸ ਹੈਗੀ ਹੈ ਡਾਕਟਰ ਰੈਕਮੈਂਡ ਕਰਦੇ ਆ 599 ਵਾਲੀ, ਉਹ 249 ਦੇ ਵਿੱਚ ਹੈ। ਸੋ ਬਹੁਤ ਸਾਰੀਆਂ ਡੀਲਸ ਨੇ ਬਾਬਾ ਜੀ, ਕੱਲ ਨੂੰ ਮੈਂ ਹੋਰ ਸਾਂਝੀਆਂ ਕਰਾਂਗਾ ਆਪਣੇ ਸਰੋਤਿਆਂ ਦੇ ਨਾਲ। ਸੋ ਅੱਜ ਤੁਸੀਂ ਪਹੁੰਚੋ ਸਟੀਵਨ ਫਰਨੀਚਰ ਤੇ ਬ੍ਰੈਂਪਟਨ ਦੇ ਵਿੱਚ, ਡੀਲਸ ਐਂਡ ਟੋਰਬਨ ਦਾ ਮੇਨ ਇੰਟਰਸੈਕਸ਼ਨ ਹੈ ਜੀ। ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋਵੇ ਸਰੋਤਿਆਂ ਨੂੰ 905-790-0560 905-790-0560 ਤੇ ਫੋਨ ਕਰਕੇ ਲੈ ਸਕਦੇ। ਜੇ ਕਿਸੇ ਕੋ ਪੇਮੈਂਟ ਨਹੀਂ ਹੈਗੀ ਤਾਂ ਕੋਈ ਆਪਸ਼ਨ ਹੈ ਵੀ ਉਹ ਪੇਮੈਂਟ ਜਿਹੜੀ ਆ ਇੱਕ ਸਾਲ ਬਾਅਦ ਕਰ ਸਕਦੇ ਨੇ? ਜੀ ਬਾਬਾ ਜੀ, ਸਟੀਵਨ ਫਰਨੀਚਰ ਦੇ ਔਨ ਦੀ ਸਪੋਟ ਫਾਈਨੈਂਸਿੰਗ ਕਰਵਾ ਕੇ ਦਿੱਤੀ ਜਾਂਦੀ ਹੈ, ਜਿਸ ਵਿੱਚ ਪੂਰੇ ਤੁਸੀਂ ਇੱਕ ਸਾਲ ਕੋਈ
ਕੋਈ ਪੇਮੈਂਟ ਨਹੀਂ ਕਰਨੀ ਹੁੰਦੀ, ਕੋਈ ਇੰਟਰਸਟ ਨਹੀਂ ਦੇਣਾ, ਤੁਸੀਂ ਆ ਕੇ ਆਪਣੇ ਮਨਪਸੰਦ ਦਾ ਫਰਨੀਚਰ ਸਿਲੈਕਟ ਕਰੋ ਤੇ ਰੰਗ ਤੁਹਾਨੂੰ ਡਿਫਰੈਂਟ ਚਾਹੀਦਾ, ਤੁਹਾਨੂੰ ਕੋਈ ਮਾਡੀਫਿਕੇਸ਼ਨ ਚਾਹੀਦੀ ਹੈ ਫਰਨੀਚਰ ਦੇ ਵਿੱਚ ਕਰਨੀ ਹੈ, ਕਸਟਮਾਈਜ਼ ਫਰਨੀਚਰ ਤਿਆਰ ਕਰਵਾਉਣਾ ਤੇ ਉਹ ਵੀ ਤਿਆਰ ਕਰਕੇ ਦਿੱਤਾ ਜਾਂਦਾ ਮਾਰਕੀਟ ਦੇ ਨਾਲੋਂ ਬਹੁਤ ਹੀ ਜ਼ਿਆਦਾ ਵਾਜਿਬ ਰੇਟਾਂ ਦੇ ਉੱਤੇ। 905-790-0560 ਤੇ ਕਾਲ ਕਰੋ, ਨਹੀਂ ਤਾਂ ਪਹੁੰਚੋ ਤੁਸੀਂ ਸਟੀਵਨ ਫਰਨੀਚਰ ਸਟੀਵ ਟਾਰਮ ਦੇ ਬਿਲਕੁਲ ਕੋਨੇ ਤੇ। ਵੀਕਐਂਡ ਦੇ ਉੱਤੇ ਟਾਈਮਿੰਗ ਕੀ ਆ ਭਾਜੀ? ਵੀਕਐਂਡ ਦੇ ਟਾਈਮ ਜੀ 10:30 AM ਤੋਂ ਲੈ ਕੇ 7 PM ਸੈਟਰਡੇ ਐਂਡ 12 PM ਟੂ 6 PM ਸੰਡੇ ਆ ਜੀ। ਮੰਡੇ ਟੂ ਫਰਾਈਡੇ ਜਿਹੜਾ ਹੈਗਾ ਜੀ 10:30 to 8 PM ਅਸੀਂ ਓਪਨ ਹੈਗੇ। ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ, ਧੰਨਵਾਦ ਜੀ ਬਹੁਤ ਬਹੁਤ। ਇਹ ਸਨ ਜਸਵੀਰ ਜੀ ਆਪਣੇ ਸਟੀਵਨ ਫਰਨੀਚਰ ਤੋਂ। 905-790-0560 ਜਾਂ ਪ੍ਰੋਗਰਾਮ ਸਾਂਝਾ ਪਿਆਰ ਦੇ ਵਿੱਚ, ਜਿਸ ਤਰ੍ਹਾਂ ਅਸੀਂ ਤੁਹਾਨੂੰ ਸ਼ੁਰੂ ਵਿੱਚ ਦੱਸਿਆ ਸੀ ਕਿ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ MPP ਅਮਰਜੋਤ ਸਿੰਘ ਸੰਧੂ, ਜੋ ਕਿ ਬ੍ਰਾਂਪਟਨ ਵੈਸਟ ਤੋਂ ਸਾਡੇ MPP ਨੇ। ਬਹੁਤ ਮਿਹਨਤੀ ਨੇ, ਜਦੋਂ ਵੀ ਇਹਨਾਂ ਨੂੰ ਆਵਾਜ਼ ਮਾਰੀ ਦੀ ਆ ਇੱਕ ਸੈਕਿੰਡ ਦੇ ਵਿੱਚ ਉਸੇ ਵੇਲੇ ਆ ਕੇ ਜਾਣਕਾਰੀ ਸਾਂਝੀ ਕਰਦੇ ਨੇ। ਅਮਰਜੋਤ ਜੀ, ਤੁਹਾਨੂੰ ਸਾਂਝਾ ਪੰਜਾਬ ਰੇਡੀਓ TV 'ਤੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਮੁਬਾਰਕਾਂ। ਦੇਖੋ ਸਾਰੇ ਲੋਕਾਂ ਦਾ ਸਾਥ ਆ, ਜਿਹੜੇ ਪਿਛਲੇ ਇੱਕ ਸਾਲ ਤੋਂ ਸਾਰੇ ਜਿਹੜੇ ਗਵਰਨਮੈਂਟ ਵੱਲੋਂ ਸੇਫਟੀ ਪ੍ਰੋਟੋਕੋਲ ਜਿਹੜੇ ਪਲੇਸ ਕੀਤੇ ਗਏ ਸਾਰੇ ਫੋਲੋ ਕਰ ਰਹੇ ਆ ਬੜੇ ਧਿਆਨ ਦੇ ਨਾਲ। ਸੋ ਸਾਰੇ ਲੋਕਾਂ ਦੇ ਨਾਲ ਆ ਜੀ, ਇਹਨਾਂ ਮੈਂ ਥੈਂਕ ਯੂ ਕਰਦਾ ਬ੍ਰੈਂਪਟਨ ਜੀ ਦਾ, ਥੈਂਕ ਯੂ ਕਰਦਾ ਕਿਉਂਕਿ ਬ੍ਰੈਂਪਟਨ ਦੇ ਵਿੱਚ ਆਪਾਂ ਜਾਣਦੇ ਕਿ ਆਪਣਾ ਹੌਟ ਜ਼ੋਨ ਆ, ਬ੍ਰੈਂਪਟਨ ਦੇ ਕੇਸਿਸ ਹਮੇਸ਼ਾ ਹੀ ਵੱਧ ਰਹੇ ਆ ਸਾਰਿਆਂ ਨਾਲੋਂ। ਸੋ ਬ੍ਰੈਂਪਟਨ ਦੇ ਲੋਕਾਂ ਨੇ ਜਿਹੜੇ ਫੋਲੋ ਕੀਤਾ ਬਹੁਤ ਚੰਗੀ ਤਰ੍ਹਾਂ, ਉਹਨਾਂ ਦਾ ਮੈਂ ਥੈਂਕ ਯੂ ਕਰਦਾ ਜੀ। ਅਤੇ ਬ੍ਰੈਂਪਟਨ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਸੀ, ਜ਼ਰੂਰਤ ਸੀ ਕਿ ਇੱਥੇ ਲੌਂਗ ਟਰਮ ਕੇਅਰ ਸੈਂਟਰ ਬਣਨਾ ਚਾਹੀਦਾ, ਅਤੇ ਚੰਗੀ ਖਬਰ ਇਹ ਹੈ ਕਿ ਤੁਹਾਡੀ ਸਰਕਾਰ ਨੇ, ਤੁਹਾਡੀ ਮਿਹਨਤ ਦੇ ਸਦਕਾ ਤੁਸੀਂ ਅਤੇ ਨਾਲ ਜਿੰਨੇ ਵੀ ਤੁਹਾਡੇ MPP ਨੇ ਸਾਰਿਆਂ ਰਲ ਕੇ ਬ੍ਰੈਂਪਟਨ ਦੇ ਵਿੱਚ ਜੋ ਲੌਂਗ ਟਰਮ ਕੇਅਰ ਸੈਂਟਰ ਦਾ ਨਾਮ ਰੱਖਿਆ ਜਾ ਰਿਹਾ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ, ਬਹੁਤ ਵਧੀਆ ਗੱਲ ਹੈ। ਬਿਲਕੁਲ ਭਾਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਬਹੁਤ ਲੰਮੇ ਸਮੇਂ ਤੋਂ ਮੰਗ ਸੀ। ਮੈਨੂੰ ਪਤਾ ਲੱਗਾ ਕਿ 1990 ਤੋਂ ਕੋਸ਼ਿਸ਼ ਇਹ ਜਾਰੀ ਆ ਕਿ ਜਿਹੜਾ ਬ੍ਰੈਂਪਟਨ ਦੇ ਵਿੱਚ ਲੌਂਗ ਟਰਮ ਕੇਅਰ ਹੋਮ ਚਾਹੀਦਾ ਆਪਣੀ, ਕਿਉਂਕਿ ਕਮਿਊਨਿਟੀ ਕਾਫੀ ਗਰੋ ਕਰ ਰਹੀ ਆ ਪੰਜਾਬੀ ਸਪੀਕਿੰਗ ਸਿੱਖ ਕਮਿਊਨਿਟੀ ਲਈ, ਜਿਹੜਾ ਲੌਂਗ ਟਰਮ ਕੇਅਰ ਚਾਹੀਦਾ ਸਾਊਥ ਏਸ਼ੀਅਨ ਕਮਿਊਨਿਟੀ ਦੇ ਲਈ, ਜਿਹੜਾ ਲੌਂਗ ਟਰਮ ਕੇਅਰ ਚਾਹੀਦਾ ਕਿਉਂਕਿ ਕਈ ਵਾਰ ਆਪਣੇ ਸੀਨੀਅਰ ਵੈਸੇ ਤੇ ਘੱਟ ਜਿਹੜੇ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਹੁੰਦੇ ਆ, ਬਟ ਜਦੋਂ ਹੁੰਦੇ ਆ ਉਹਨੂੰ ਕਾਫੀ ਪ੍ਰੋਬਲਮ ਆਉਂਦੀ ਆ, ਉੱਥੇ ਲੈਂਗੁਏਜ ਦੀ ਖਾਸ ਕਰਕੇ ਬਹੁਤ ਪ੍ਰੋਬਲਮ ਆਉਂਦੀ ਆ, ਆਪਣੇ ਕਲਚਰ ਜਿਹੜਾ ਉੱਥੇ ਨਹੀਂ ਮਿਲਦਾ ਉਹਨਾਂ ਨੂੰ, ਫੂਡ ਜਿਹੜਾ ਵਾ ਉਹ ਉਹਨਾਂ ਦੇ ਅਕੋਰਡਿੰਗਲੀ ਨਹੀਂ ਮਿਲਦਾ, ਸਾਊਥ ਏਸ਼ੀਅਨ ਫੂਡ ਜਿਹੜਾ ਹੁੰਦਾ ਵਾ। ਸੋ ਬੜੇ ਲੰਮੇ ਸਮੇਂ ਤੋਂ ਮੰਗ ਸੀ, ਬੜੀ ਵਾਰ ਪ੍ਰਪੋਜ਼ਲ ਸਬਮਿਟ ਵੀ ਕੀਤੇ ਗਏ, ਲੇਕਿਨ ਕਦੀ ਵੀ ਇਹ ਹਕੀਕਤ ਨਹੀਂ ਬਣੇ ਪ੍ਰਪੋਜ਼ਲ ਜਿਹੜੇ ਹੈਗੇ ਆ ਜੀ। ਸੋ ਮੈਂ ਥੈਂਕ ਯੂ ਕਰਦਾ ਜਿਨ੍ਹਾਂ ਨੇ ਪ੍ਰਪੋਜ਼ਲ ਸਬਮਿਟ ਕੀਤਾ, ਕਾਫੀ ਨੌਜਵਾਨ ਲੜਕੇ ਲੜਕੀਆਂ ਦੇ ਪਿੱਛੇ ਕੰਮ ਕਰ ਰਹੇ ਸੀ, ਆਪਣੇ ਕੌਂਸਲਰ ਹਕੀਰ ਸਿੰਘ, ਇਹਨਾਂ ਨੇ ਵੀ ਕਾਫੀ ਮਿਹਨਤ ਕੀਤੀ ਹੈ। ਗੁਰਦੁਆਰਾ ਆਪਣੇ ਸਾਹਿਬਾਨ ਜਿਹੜੇ ਹੈਗੇ ਆ ਜੀ, ਗੁਰੂ ਨਾਨਕ ਸਿੱਖ ਸੈਂਟਰ ਦਰੀਗਨ ਰੋਡ ਤੇ, ਗੁਰਦੁਆਰਾ ਸਾਹਿਬ ਹੈਗੇ ਆ ਰਿਟਨ ਰੋਡ ਤੇ ਵੀ, ਇਹਨਾਂ ਨੇ ਵੀ ਪ੍ਰਪੋਜ਼ਲ ਦੇ ਵਿੱਚ ਕਾਫੀ, ਜਦੋਂ ਸਾਨੂੰ ਪ੍ਰਪੋਜ਼ਲ ਮਿਲਿਆ ਜੀ, ਸਾਡੀ ਕੋਸ਼ਿਸ਼ ਸੀ ਕਿ ਜਿਹੜਾ ਪ੍ਰਪੋਜ਼ਲ ਆ ਇਹਦੀ ਸਪੋਰਟ ਕੀਤੀ ਜਾਵੇ, ਕਿਉਂਕਿ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਸੋ ਮੈਂ ਤੇ ਬ੍ਰਾਹਮੀ ਸਰਕਾਰੀ ਆ, ਦੋਨਾਂ ਨੇ ਅਸੀਂ ਪੂਰਾ ਪੁਸ਼ ਕੀਤਾ, ਪ੍ਰੀਮੀਅਰ ਨੂੰ ਵੀ, ਮਿਨਿਸਟਰ ਨੂੰ ਵੀ, ਜਿਹੜਾ ਲੌਂਗ ਟਰਮ ਕੇਅਰ ਹੋਮ ਹੈਗੇ, ਕਿ ਸਾਨੂੰ ਇਹਦੀ ਬਹੁਤ ਜ਼ਿਆਦਾ ਲੋੜ ਆ ਕਮਿਊਨਿਟੀ ਦੇ ਵਿੱਚ, ਕਦੀ ਵੀ ਇੱਦਾਂ ਨਹੀਂ ਬਣਿਆ। ਅੰਟਾਰੀਆ ਦੇ ਵਿੱਚ ਹੀ ਕੋਈ ਇੱਦਾਂ ਜਿਹੜਾ ਲੌਂਗ ਟਰਮ ਕੇਅਰ ਸੈਂਟਰ ਨਹੀਂ ਹੈਗਾ ਜੀ, ਇੱਕ BC ਦੇ ਵਿੱਚ ਹੈਗਾ ਵਾ। ਸੋ ਇਹਦੀ ਮੰਗ ਨੂੰ ਸਾਡੇ ਮੰਨਦੇ ਹੋਇਆ ਪ੍ਰੀਮੀਅਰ ਨੇ ਜਿਹੜਾ ਬ੍ਰੈਂਪਟਨ ਦੇ ਵਿੱਚ ਅਨਾਊਂਸ ਕੀਤਾ ਜੀ 2 ਦਿਨ ਪਹਿਲਾਂ, ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਜਿਹੜਾ ਲੌਂਗ ਟਰਮ ਕੇਅਰ ਸੈਂਟਰ, ਜਿਹਦੇ ਵਿੱਚ 160 ਬੈੱਡ ਜਿਹੜੇ ਆ ਜੀ ਉਹ ਹੋਣਗੇ। ਇਹ ਪੰਜਾਬੀ ਸਪੀਕਿੰਗ ਤੇ ਸਿੱਖ ਕਮਿਊਨਿਟੀ ਜਿਹੜੇ ਆਪਣੇ ਹੈਗੇ ਉਹਨਾਂ ਨੂੰ ਆਪਣਾ ਸਰਵ ਕਰੂਗਾ। ਉਹਦੇ ਨਾਲ ਦੀ ਨਾਲ ਬਾਬਾ ਜੀ ਇੱਕ ਹੋਰ 2 ਜਿਹੜੇ ਲੌਂਗ ਟਰਮ ਕੇਅਰ ਸੈਂਟਰ ਕੀਤੇ ਗਏ, ਇੰਡਸ ਕਮਿਊਨਿਟੀ ਸਰਵਿਸਿਜ਼ ਜਿਹੜਾ ਲੌਂਗ ਟਰਮ ਕੇਅਰ ਸੈਂਟਰ ਆ, ਉਹਦੇ ਵਿੱਚ 192 ਬੈੱਡ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਸਾਰੀ ਨੂੰ ਸਰਵ ਕਰੂਗਾ ਜੀ। ਸੋ ਮੈਨੂੰ ਲੱਗਦਾ ਕਿ ਬਹੁਤ ਹੀ ਵਧੀਆ ਨਿਊਜ਼ ਹੈ ਕਿ ਬ੍ਰੈਂਪਟਨ ਦੇ ਵਿੱਚ 350 ਬੈੱਡ ਜਿਹੜੇ ਲੌਂਗ ਟਰਮ ਕੇਅਰ ਹੋਮਸ ਦੇ ਨਵੇਂ ਆਏ ਆ। ਪੂਰੇ ਅੰਟਾਰੀਓ ਦੇ ਵਿੱਚ ਦੇਖੋ 80 ਨਵੇਂ ਲੌਂਗ ਟਰਮ ਕੇਅਰ ਹੋਮ ਆਏ ਆ, ਬਟ ਬ੍ਰੈਂਪਟਨ ਦੇ ਵਿੱਚ ਜਿਹੜੇ 2 ਤੇ ਦੋਵੇਂ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਸਰਵ ਕਰਨਗੇ। ਸੋ ਮੈਨੂੰ ਲੱਗਦਾ ਸਾਰੇ ਵਧਾਈ ਦੇ ਪਾਤਰ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਅਸੀਂ ਕੰਮ ਕਰ ਰਹੇ। ਕੰਪਲੀਟ ਕਦੋਂ ਕੁ ਹੋਏਗਾ ਪ੍ਰੋਜੈਕਟ ਇਹ? ਸਾਡੇ ਵੱਲੋਂ ਸ਼ਵਲ ਰੈਡੀ ਪ੍ਰੋਜੈਕਟ ਆ ਜੀ। ਦੇਖੋ ਹੁਣ ਕਿਉਂਕਿ ਅੱਜ ਕੱਲ੍ਹ ਰੈਗੂਲੇਸ਼ਨ ਜਿਹੜੀਆਂ ਲੌਂਗ ਟਰਮ ਕੇਅਰ ਹੋਮ ਹੁੰਦੇ ਇਹਨਾਂ ਵਿੱਚ ਕਾਫੀ ਹੁੰਦੇ ਬਾਬਾ ਜੀ, ਕਿਉਂਕਿ ਆਪਾਂ ਦੇਖਦੇ ਕਿ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਡੈਥ ਪਿੱਛੇ ਕੋਵਿਡ ਕਰੇ ਕਾਫੀ ਹੋਈਆਂ। ਸੋ ਗਵਰਨਮੈਂਟ ਕਾਫੀ ਸਟ੍ਰਿਕਟ ਆ ਕਿ ਜਿਹੜੇ ਫੋਰ ਪ੍ਰੋਫਿਟ ਲੌਂਗ ਟਰਮ ਕੇਅਰ ਹੋਮ ਹੁੰਦੇ ਆ ਉਹਨਾਂ ਦੇ ਵਿੱਚ ਕਈ ਵਾਰ ਆਪਾਂ ਨੂੰ ਬੜੀਆਂ ਸ਼ਿਕਾਇਤਾਂ ਦੇਖਣ ਨੂੰ ਮਿਲੀਆਂ ਕਿ ਜਿਹੜਾ ਫੂਡ ਜਿਹੜਾ ਸੀਨੀਅਰਸ ਨੂੰ ਵਧੀਆ ਨਹੀਂ ਦਿੱਤਾ ਜਾਂਦਾ, ਪ੍ਰੋਪਰ ਦੇਖਭਾਲ ਨਹੀਂ ਹੁੰਦੀ। ਸੋ ਇਹ ਜਿਹੜੇ ਲੌਂਗ ਟਰਮ ਕੇਅਰ ਸੈਂਟਰ ਦੋਵੇਂ ਹੈਗੇ ਆ ਨੋਟ ਫਾਰ ਪ੍ਰੋਫਿਟ ਆ, ਬਟ ਇਹਦੇ ਵਿੱਚ ਰੈਗੂਲੇਸ਼ਨ ਇੰਨੀਆਂ ਜ਼ਿਆਦੀਆਂ ਵਾ ਕਿ ਗਵਰਨਮੈਂਟ ਬਹੁਤ ਸਟ੍ਰਿਕਟ ਆ ਕਿ ਕੋਈ ਵੀ ਏਦਾਂ ਦਾ ਕੰਮ ਨਾ ਹੋਵੇ ਜਿਹੜੇ ਸੀਨੀਅਰਸ ਦੀ ਸਾਡੀ ਨੂੰ ਲਾਈਫ ਨੂੰ ਜਿਹੜਾ ਇੰਪੈਕਟ ਕਰੇ, ਉਹਨਾਂ ਦੀ ਜਿਹੜੀ ਰੋਜ਼ ਦੀ ਦੇਖਭਾਲ ਹੈਗੀ ਆ ਉਹ ਪ੍ਰੋਪਰ ਚੰਗੇ ਤਰੀਕੇ ਨਾਲ ਕੀਤੀ ਜਾਵੇ, ਫੂਡ ਚੰਗੇ ਤਰੀਕੇ ਨਾਲ ਸਰਵ ਕੀਤਾ ਜਾਵੇ। ਸੋ
ਤੇ ਹੁਣ ਦੇਖੋ ਦੋਵੇਂ ਜਿਹੜੇ ਆਰਗੇਨਾਈਜੇਸ਼ਨ ਹੈਗੇ ਉਹਨਾਂ ਨਾਲ ਰਲ ਕੇ ਮੈਨੂੰ ਲੱਗਦਾ ਕਿ ਹੋਪ ਕੀਤੀ ਜਾਂਦੀ ਕਿ 3-4 ਸਾਲ ਦੇ ਵਿੱਚ ਵਿੱਚ ਜਿਹੜਾ ਕੰਪਲੀਟ ਹੋ ਜਾਊਗਾ। ਬਟ ਸਾਡੇ ਵੱਲੋਂ ਜਿਹੜਾ ਸ਼ਵਲ ਰੈਡੀ ਹੋਊਗਾ 933 million dollars ਜਿਹੜਾ ਗਵਰਨਮੈਂਟ ਸਪੈਂਡ ਕਰ ਰਹੀ ਹੈ ਜਿਹਨੇ ਲੌਂਗ ਟਰਮ ਕੇਅਰ ਹੋਮ ਅਟਾਰੀ ਦੇ ਵਿੱਚ। ਸੋ ਹੁਣ ਦੋਵੇਂ ਆਰਗੇਨਾਈਜੇਸ਼ਨ ਨਾਲ ਮਿਲ ਕੇ ਦੇਖੋ ਜੀ ਮੈਨੂੰ ਲੱਗਦਾ ਕਿ ਜਲਦੀ ਇੱਥੇ ਕੰਮ ਜਿਹੜਾ ਸ਼ੁਰੂ ਕੀਤਾ ਜਾਊਗਾ। ਵੈਸੇ ਕੈਨੇਡਾ ਵੈਕਸੀਨ ਦੇ ਜੇ ਆਪਾਂ ਗੱਲ ਕਰੀਏ ਵੈਕਸੀਨ ਲਈ ਬਹੁਤ ਬਿਹਾਈਂਡ ਰਿਹਾ, ਪਰ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਵੈਕਸੀਨ ਹੈ ਇੰਨੀ ਤੇਜ਼ੀ ਦੇ ਨਾਲ ਇਹ ਆ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਵੇਟ ਕਰ ਰਹੇ ਸੀ, ਅਤੇ ਕਿੱਥੇ ਕਿੱਥੇ ਅਤੇ ਕਿਹੜੀ ਕਿਹੜੀ ਏਜ਼ ਦੇ ਲੋਕ ਜਿਹੜੇ ਨੇ ਉਹਨਾਂ ਦੀ ਵੈਕਸੀਨ ਲਗਾਈ ਜਾ ਰਹੀ ਹੁਣ? ਬਿਲਕੁਲ ਭਾਅ ਜੀ, ਬਹੁਤ ਇੰਪੋਰਟੈਂਟ ਆ ਵੈਕਸੀਨ ਹੀ, ਜਿਹੜਾ ਇੱਕ ਮੈਨੂੰ ਲੱਗਦਾ ਹੋਪ ਆ ਲੋਕਾਂ ਦੀ ਕਿ ਹੁਣ ਦੇਖੋ ਕੇਸਿਸ ਦੁਬਾਰਾ, ਹੁਣ ਥਰਡ ਵੇਵ ਦੀ ਗੱਲ ਕੀਤੀ ਜਾ ਰਹੀ ਆ। ਸੋ ਵੈਕਸੀਨ ਇੱਕ ਹੋਪ ਹੈਗੀ ਆ। ਪਹਿਲਾਂ ਪਹਿਲਾਂ ਜਿਹੜੀ ਸਾਨੂੰ ਵੈਕਸੀਨ ਜਿਹੜੀ ਸਪਲਾਈ ਸੀ ਉਹਦੀ ਬਹੁਤ ਘੱਟ ਸੀ, ਹੁਣ ਸਪਲਾਈ ਥੋੜ੍ਹੀ ਇਨਕਰੀਜ਼ ਹੋਈ ਆ। ਅਤੇ ਸਾਡੇ ਪ੍ਰੀਮੀਅਰ ਨੇ ਕਿਹਾ ਕਿ ਅਸੀਂ ਅਪ ਟੂ ਜਿਹੜਾ ਜੀ ਦੇਖੋ 1.5 lakh ਬੰਦੇ ਨੂੰ ਰੋਜ਼ ਵੈਕਸੀਨੇਟ ਕਰ ਸਕਦੇ। ਹੁਣ ਵੈਕਸੀਨੇਸ਼ਨ ਦੀ ਸਪਲਾਈ ਜਿਹੜੀ ਵੱਧ ਰਹੀ ਆ, ਰੋਜ਼ 60,000-70,000 ਜਿਹੜੇ ਲੋਕ ਉਹਨਾਂ ਨੂੰ ਵੈਕਸੀਨੇਟ ਕੀਤਾ ਜਾ ਰਿਹਾ ਵਾ। ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਦੋਂ ਵੈਕਸੀਨ ਸਾਨੂੰ ਹੋਰ ਮਿਲੂਗੀ ਅਪ ਟੂ 1.5 lakh, ਤੇ ਉਹਦੇ ਨਾਲ ਦੀ ਨਾਲ ਜਿਹੜੀਆਂ ਬਾਬਾ ਜੀ ਜਿਹੜੇ 3200 ਫਾਰਮੇਸੀਜ਼ ਜਿਹੜੀਆਂ ਹੈਗੀਆਂ ਅੰਟਾਰੀਓ ਦੇ ਵਿੱਚ, ਸੋ ਸਾਡੀ ਉਹ ਵੀ ਕੋਸ਼ਿਸ਼ ਆ ਕਿ 3200 ਫਾਰਮੇਸੀਜ਼, ਲੈਟਸ ਸੇ ਇੱਕ ਫਾਰਮੇਸੀ 100 ਬੰਦੇ ਨੂੰ ਵੀ ਦਿਨ ਦੇ ਵਿੱਚ ਵੈਕਸੀਨੇਟ ਕਰਦੀ ਆ, ਅਡੀਸ਼ਨਲ ਜਿਹੜਾ ਉਹ 3,20,000 ਅਡੀਸ਼ਨਲ ਬੰਦੇ ਜਿਹੜੇ ਵੈਕਸੀਨੇਟ ਹੋਣਗੇ। ਸੋ ਸਾਡਾ ਪੂਰਾ ਟਾਰਗੇਟ ਹੈਗਾ ਜੀ ਕਿ ਅਸੀਂ ਜੂਨ ਤੋਂ ਪਹਿਲਾਂ ਪਹਿਲਾਂ ਜਿਹੜਾ ਵੀ ਇੰਟੀਰੀਅਨ ਜਿਹੜਾ ਹੈਗਾ ਵਾ ਉਹਨੂੰ ਵੈਕਸੀਨੇਸ਼ਨ ਜੇ ਚਾਹੀਦੀ ਆ ਤੇ ਉਹਨੂੰ ਜਿਹੜੀ ਵੈਕਸੀਨੇਸ਼ਨ ਮਿਲ ਜੂਗੀ। ਇਹ ਜਿਹੜਾ ਟਾਰਗੇਟ ਹੈਗਾ, ਬਟ ਆਪਾਂ ਟਾਰਗੇਟ ਤੋਂ ਪਹਿਲਾਂ ਕਾਫੀ ਅੱਗੇ ਚੱਲ ਰਹੇ ਹਾਂ। ਹੁਣ ਅਸੀਂ ਪਹਿਲਾਂ 80 ਸਾਲ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਲੱਗ ਰਹੀ ਸੀ ਵੈਕਸੀਨੇਸ਼ਨ, ਹੁਣ ਕੱਲ ਪਰਸੋਂ ਦਾ ਜਿਹੜਾ ਨਵਾਂ ਪੋਰਟਲ ਸਟਾਰਟ ਹੋ ਰਿਹਾ 75 ਸਾਲ ਤੋਂ ਲੱਗ ਰਹੀ ਆ, ਵਿੱਚੋਂ 60-65 ਸਾਲ ਵਾਲੇ ਨੂੰ ਲੱਗ ਰਹੀ ਆ। ਇਸ ਤਰ੍ਹਾਂ ਜਾਣਕਾਰੀ ਸਾਡੇ ਪੋਜੀਸ਼ਨ ਜਿਹੜੇ ਹੈਗੇ ਅਟਰੈਕਟਿਵ ਲਾ ਰਿਹਾ। ਸੋ ਅੱਗੇ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਤੇਜ਼ੀ ਨਾਲ ਜਿਹੜਾ ਵੈਕਸੀਨੇਸ਼ਨ ਦਾ ਪ੍ਰੋਸੈਸ ਨੂੰ ਕੀਤਾ ਜਾਊਗਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਮਰ ਆਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਸਾਰਿਆਂ ਨੂੰ ਵੈਕਸੀਨੇਟ ਕਰ ਦਿੱਤਾ ਜਾਵੇ। ਦੂਜੇ ਪਾਸੇ ਚਿੰਤਾ ਦਾ ਵਿਸ਼ਾ ਅਮਰਜੋਤ ਜੀ ਬਹੁਤ ਜ਼ਰੂਰੀ ਹੈ ਕਿ ਜਿਹੜੀ ਵੈਰੀਐਂਟ ਹੈ ਉਸਦੇ ਵੀ 55 ਕੇਸਿਸ ਪਾਏ ਗਏ ਨੇ, ਅਤੇ ਥਰਡ ਵੇਵ ਜਿਹੜੀ ਹੈ COVID-19 ਦੀ ਉਹ ਵੀ ਆ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਭਈ ਅਪ੍ਰੈਲ ਦੇ ਵਿੱਚ ਕੇਸ 5,000 ਤੋਂ ਵੀ ਵੱਧ ਸਕਦੇ ਨੇ ਅਟਾਰੀਓ 'ਚ। ਬਿਲਕੁਲ ਜੀ ਬਾਪਾ ਜੀ, ਜਿੱਦਾਂ ਮੈਂ ਦੱਸਿਆ ਕਿ ਵੇਰੀਐਂਟਸ ਜਿਹੜੇ ਹੁਣ ਕਾਫੀ ਤੇਜ਼ੀ ਨਾਲ ਫੈਲ ਰਹੇ ਆ, ਅਤੇ ਜਿਹੜੇ ਨਵੇਂ ਕੇਸ ਆ ਰਹੇ ਇਹਦੇ ਵਿੱਚੋਂ ਮੋਸਟਲੀ ਕਹਿ ਰਹੇ ਕਿ 55% ਕੇਸਿਸ ਜਿਹੜੇ ਹੈਗੇ ਆ ਵੇਰੀਐਂਟਸ ਦੇ ਹੀ ਕੇਸਿਸ ਹੈਗੇ ਆ। ਉਹਦੇ ਕਰਕੇ ਕਾਫੀ ਗਵਰਨਮੈਂਟ ਨੂੰ ਜਿਹੜੇ ਆ ਮੈਜਰਸ ਜਿਹੜੇ ਲੈਣੇ ਪੈ ਰਹੇ ਆ, ਸਟ੍ਰਿਕਟ ਮੈਜਰਸ। ਬਟ ਵੈਕਸੀਨੇਸ਼ਨ ਹੀ ਇੱਕ ਹੋਪ ਹੈਗੀ ਆ, ਵੈਕਸੀਨੇਟ ਵੱਧ ਤੋਂ ਵੱਧ ਬੰਦਿਆਂ ਨੂੰ ਕੀਤਾ ਜਾਵੇ ਤਾਂ ਕਿ ਜਿਹੜਾ ਇਹਨਾਂ ਵੇਰੀਐਂਟਸ ਤੇ ਵੀ ਜਿਹੜੀ ਵੈਕਸੀਨੇਸ਼ਨ ਹੈਗੀ ਕਾਫੀ ਇਫੈਕਟਿਵ ਆ। ਵੈਕਸੀਨੇਸ਼ਨ ਨਾਲ ਹੀ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਹਾਂ। ਨੋ ਡਾਊਟ ਕੇਸਿਸ ਵੱਧ ਰਹੇ ਆ, ਬਟ ਨਾਲ ਦੀ ਨਾਲ ਜਿਹੜੇ ਹੁਣ ਹੈਗੇ ਆ ਕਿ ਗਵਰਨਮੈਂਟ ਦੀ ਇਹ ਵੀ ਹੈਗਾ ਵਾ ਕੋਸ਼ਿਸ਼ ਕਿ ਆਪਣੇ ਬਿਜ਼ਨਸ ਜਿਹੜੇ ਆ, ਕਿਉਂਕਿ ਆਪਣੇ ਜਿਹੜੇ ਮੋਸਟਲੀ ਜਿਹੜੀ ਪਾਪੂਲੇਸ਼ਨ ਹੈਗੀ ਆ ਜੀ ਆਪਣੇ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਆਪਾਂ ਦੇਖਦੇ ਸੀ ਪਹਿਲਾਂ ਡੈਥ ਸਭ ਤੋਂ ਵੱਧ ਹੁੰਦੀਆਂ ਸੀ ਜੀ, ਹੁਣ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਸਾਰੇ ਲੋਕ ਵੈਕਸੀਨੇਟ ਹੋ ਚੁੱਕੇ ਆ। ਆਪਾਂ ਦੇਖਦੇ ਕਿ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਹੁਣ ਕੋਈ ਡੈਥ ਬਹੁਤ ਘੱਟ ਵੇਖਣ ਨੂੰ ਮਿਲਦੀ ਆ, ਜੇ ਆਉਂਦੀ ਆ 3-4 ਦਿਨ ਦੇ ਬਾਅਦ 1-2 ਡੈਥ ਹੁੰਦੀਆਂ ਵਾ, ਜਿਹੜੀਆਂ ਪਹਿਲਾਂ ਦਿਨ ਦੇ ਵਿੱਚ 25-25-30 ਦੀ ਡੈਥ ਹੋ ਰਹੀਆਂ ਸੀ ਜੀ। ਸੋ ਉਹਦੇ ਨਾਲ ਕਾਫੀ ਕੰਟਰੋਲ ਹੋ ਰਿਹਾ। ਵੈਕਸੀਨੇਸ਼ਨ ਜਿੱਦਾਂ ਜਿੱਦਾਂ ਲੱਗੂਗੀ ਇਹ ਵੇਰੀਐਂਟਸ ਤੇ ਕੰਟਰੋਲ ਹੋਊਗਾ, ਕੇਸਿਸ ਤੇ ਕੰਟਰੋਲ ਹੋਊਗਾ, ਸੋ ਫਿਰ ਆਪਾਂ ਇਕਨੋਮੀ ਨੂੰ ਜਿਹੜਾ ਆਪਣਾ ਸੇਫਲੀ ਜਿਹੜਾ ਓਪਨ ਕਰ ਸਕਦੇ ਹਾਂ। ਆਉਣੇ ਦਿਨਾਂ ਵਿੱਚ ਇੱਕ ਤੁਸੀਂ ਮੁੱਦਾ ਜ਼ਰੂਰ ਲੈ ਕੇ ਆਓ, ਜਿੰਨੇ ਸਾਡੇ ਟਰੈਕਿੰਗ ਇੰਡਸਟਰੀ ਸਾਡੇ ਭੈਣ ਭਰਾ ਨੇ ਜਿਹੜੇ USA ਨੂੰ ਜਾਂਦੇ ਨੇ, ਜੇ ਉਹਨਾਂ ਨੂੰ ਪਹਿਲਾਂ ਜੇ ਵੈਕਸੀਨ ਲਾਈ ਉਹਨਾਂ ਨੂੰ ਲਾਈ ਜਾਵੇ ਵੈਕਸੀਨ ਤਾਂ ਆਈ ਥਿੰਕ ਇਜ਼ ਬੈਟਰ, ਕਿਉਂਕਿ ਉਹ ਹਮੇਸ਼ਾ ਬਾਹਰ ਜਾਂਦੇ ਨੇ ਬਾਹਰ ਆਉਂਦੇ ਨੇ, ਉਹਨਾਂ ਵਾਸਤੇ ਵੀ ਇੱਕ ਸੇਫਟੀ ਵੀ ਹੋਏਗੀ, ਅਤੇ ਪਲੱਸ ਜੇ ਕਿਤੇ ਇਫੈਕਟਡ ਹੁੰਦੇ ਨੇ ਤਾਂ ਫਿਰ ਅੰਟਾਰੀਓ ਦੇ ਲੋਕਾਂ ਦਾ ਬਚਾਅ ਵੀ ਹੋ ਸਕਦਾ। ਬਿਲਕੁਲ ਵੈਲਿਡ ਤੁਸੀਂ ਕੰਸਰਨ ਰੇਜ਼ ਕੀਤਾ ਜੀ, ਮੈਂ ਜਿੱਦਾਂ ਮੈਂਸ਼ਨ ਕੀਤਾ ਸੀ ਕਿ ਸਪਲਾਈ ਦੀ ਕਾਫੀ ਬਾਪਾ ਜੀ ਕਮੀ ਸੀ, ਹੁਣ ਇਹਨਾਂ ਨੇ ਫੈਡਰਲ ਗਵਰਨਮੈਂਟ ਨੇ ਪ੍ਰੋਮਿਸ ਕੀਤਾ ਕਿ ਅਸੀਂ ਤੁਹਾਨੂੰ ਵੈਕਸੀਨੇਸ਼ਨ ਵੱਧ ਤੋਂ ਵੱਧ ਦੇਵਾਂਗੇ ਅੰਟੇਰੀਆ ਨੂੰ, ਜਿਉਂ ਜਿਉਂ ਵੈਕਸੀਨੇਸ਼ਨ ਆਉਂਦੀ ਆ ਜਿਹੜੇ ਆ ਏਜ ਗਰੁੱਪ ਹੈਗੇ ਇਹਨਾਂ ਨੂੰ ਇਲੀਮੀਨੇਟ ਕਰ ਦਿੱਤਾ ਜਾਊਗਾ, ਫਿਰ ਜਿਹੜੇ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਦਿੱਤੀ ਜਾਊਗੀ ਜਿਹੜਾ ਵੀ ਜਾਊਗਾ। ਬਟ ਹਾਲ ਦੀ ਘੜੀ ਜਿਹੜੀ ਸਪਲਾਈ ਦੀ ਸ਼ੋਰਟੇਜ ਕਰਕੇ ਉਹੋ ਹੀ ਵੈਕਸੀਨੇਟ ਆਪਾਂ ਕਰ ਰਹੇ ਹਾਂ ਜਿਹੜੇ ਓਲਡ ਏਜ ਵਿੱਚ ਹੈਗੇ ਆ, ਜਿਹਨਾਂ ਨੂੰ 70 ਤੋਂ ਲੈ ਕੇ 80 ਸਾਲ ਦੀ ਜਾਂ 90 ਸਾਲ ਉੱਪਰ ਜਿਹੜੇ ਹੈਗੇ ਆ। ਜਿਉਂ ਜਿਉਂ ਸਪਲਾਈ ਵਧੂਗੀ ਮੈਨੂੰ ਲੱਗਦਾ ਸਾਰੇ ਜਿਹੜੇ ਆਪਣੇ ਅਸੈਂਸ਼ੀਅਲ ਵਰਕਰਸ ਹੈਗੇ ਆ, ਟਰੱਕ ਡਰਾਈਵਰਸ ਹੈਗੇ ਜਿੱਦਾਂ ਵੀਰ ਆਪਣੇ, ਜਿਹੜੇ ਹੋਰ ਵੀ ਅਸੈਂਸ਼ੀਅਲ ਕੋਈ ਕੰਮ ਕਰਦੇ ਆ ਜਿਹੜੇ ਘਰੋਂ ਕੰਮ ਨਹੀਂ ਕਰ ਸਕਦੇ, ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਵੈਕਸੀਨੇਸ਼ਨ ਆ ਉਹ ਜਲਦੀ ਤੋਂ ਜਲਦੀ ਦਿੱਤੀ ਜਾਊਗੀ ਜੀ। ਅੱਜ ਤੋਂ ਕਿਹੜੇ ਕਿਹੜੇ ਚੇਂਜਸ ਕੀਤੀਆਂ ਗਈਆਂ ਨੇ ਗ੍ਰੇ ਲਾਕਡਾਊਨ ਦੇ ਵਿੱਚ ਪੀਲ ਅਤੇ ਟੋਰਾਂਟੋ ਏਰੀਆ 'ਚ? ਹਾਂਜੀ, ਬੜੇ ਲੰਬੇ ਸਮੇਂ ਤੋਂ ਮੰਗ ਹੋ ਰਹੀ ਸੀ ਜੀ ਆਪਣੇ ਰੈਸਟੋਰੈਂਟ, ਆਪਾਂ ਜਿੱਦਾਂ ਜਾਣਦੇ ਹਾਂ ਕਿ ਕਾਫੀ ਪਿਛਲੇ 3-4 ਮਹੀਨੇ ਕਹਿ ਲਓ ਔਨ ਐਂਡ ਆਫ ਆ, ਹੁਣ 4 ਮਹੀਨੇ ਤੋਂ ਬਿਲਕੁਲ ਬੰਦ ਹੀ ਪਿਆ ਸੀ ਦਸੰਬਰ ਤੋਂ। ਸੋ ਗਵਰਨਮੈਂਟ ਨੇ ਹੁਣ ਆਪਾਂ ਦੇਖ ਰਹੇ ਹਾਂ ਕਿ ਵੈਦਰ ਜਿਹੜਾ ਥੋੜਾ ਠੀਕ ਹੋ ਰਿਹਾ ਵਾ, ਸੋ ਉਹਦੇ ਨਾਲ ਅੱਜ ਪੀਲ ਰੀਜਨ ਦੇ ਵਿੱਚ ਅੱਜ ਤੋਂ ਜਿਹੜੇ ਆਪਣੇ ਹੈਗੇ
ਇੱਕ ਹਾਊਸ ਹੋਲਡ ਦੇ ਬੰਦੇ ਇੱਕ ਟੇਬਲ ਤੇ ਬੈਠ ਸਕਦੇ ਆ ਸੋ ਉਹ ਜਿਹੜਾ ਅੱਜ ਤੋਂ ਅਲਾਓ ਕੀਤਾ ਗਿਆ ਉਹਦੇ ਨਾਲ ਨਾਲ ਜੇ ਤੁਸੀਂ ਰੈਡ ਜ਼ੋਨ ਦੇ ਵਿੱਚ ਬਾਅਦ ਚ ਜਾਂਦੇ ਆ ਬਾਬਾ ਜੀ ਜੇ ਤੁਹਾਡੇ ਨੰਬਰ ਕੇਸਿਸ ਆਪਣੇ ਘੱਟਦੇ ਆ ਰੈਡ ਜ਼ੋਨ ਦੇ ਵਿੱਚ ਜਿਹੜੀਆਂ ਕਾਫੀ ਰਿਸਟ੍ਰਿਕਸ਼ਨ ਜਿਹੜੀਆਂ ਉਹਨਾਂ ਨੂੰ ਘਟਾਇਆ ਗਿਆ ਉਹਦੇ ਵਿੱਚ ਆਪਾਂ 50% ਤੱਕ ਜਿਹੜੇ ਇਨਡੋਰ ਡਾਇਨਿੰਗ ਜਿਹੜੀ ਅਲਾਓ ਕਰ ਦਿੱਤੀ ਆ ਜੀ 50% ਤੱਕ ਕੋਈ ਰੈਸਟੋਰੈਂਟ ਦੀ ਜੇ ਕਪੈਸਿਟੀ ਹੈਗੀ ਲੈਟ ਸੇ 100 ਬੰਦੇ ਦੀ ਉੱਥੇ 50 ਬੰਦੇ ਜਾਂ 50 ਪੀਪਲ ਜਿਹੜੇ ਉੱਥੇ ਜਾਂ 50% ਦੀ ਕਪੈਸਿਟੀ ਤੇ ਜਾਂ 50 ਬੰਦੇ ਜਿਹੜੇ ਉੱਥੇ ਹੋ ਸਕਦੇ ਰੈਸਟੋਰੈਂਟ ਦੇ ਵਿੱਚ ਮੈਕਸੀਮਮ 50 ਹਾਂਜੀ ਮੈਕਸੀਮਮ 50 ਹਾਂਜੀ ਯਾਰ ਸੋ ਇਹ ਵੀ ਮੈਨੂੰ ਲੱਗਦਾ ਕਿ ਕਾਫੀ ਜੋ ਰੈਡ ਜ਼ੋਨ ਦੇ ਵਿੱਚ ਜਾਵਾਂਗੇ ਕਾਫੀ ਲੋਕਾਂ ਦੀ ਬਿਜ਼ਨੈਸਿਸ ਦੀ ਰਾਹਤ ਹੋਊਗੀ ਕਿ ਜਿਹੜੇ ਇੰਜੀਨੀਅਰ ਰਿਸਟ੍ਰਿਕਸ਼ਨਸ ਹੌਲੀ ਹੌਲੀ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਟ ਕੀਤਾ ਜਾਵੇ ਤੇ ਰਿਸਟ੍ਰਿਕਸ਼ਨਸ ਜਿਹੜੀਆਂ ਉਹਨਾਂ ਨੂੰ ਘਟਾਇਆ ਜਾਵੇ ਅਮਜੋਤ ਜੀ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਪਫੁਲੀ ਅਗਲੇ ਹਫਤੇ ਆਪਾਂ ਫਿਰ ਗੱਲਬਾਤ ਕਰਾਂਗੇ ਹੋ ਸਕਦਾ ਕੇਸ ਘਟਣੇ ਸ਼ੁਰੂ ਹੋ ਜਾਣ ਤਾਂ ਫਿਰ ਆਪਾਂ ਪੀਲ ਅਤੇ ਟੋਰਾਂਟੋ ਰੈੱਡ ਜ਼ੋਨ 'ਚ ਦਾਖਲ ਹੋ ਸਕਦਾ ਹਾਂਜੀ ਬਿਲਕੁਲ ਬਾਬਾ ਜੀ ਉਮੀਦ ਕਰਦੇ ਹਾਂ ਜੀ ਕੇਸਿਸ ਘਟਣ ਥੋੜੇ ਜਿਹੇ ਨੈਕਸਟ ਵੀਕ ਆਪਣਾ ਬਜਟ ਵੀ ਆ ਰਿਹਾ ਵਾ ਜੀ ਸੋ ਬਜਟ ਦੇ ਵਿੱਚ ਵੀ ਕਾਫੀ ਐਕਸਾਈਟਿੰਗ ਨਿਊਜ਼ ਜਿਹੜੀਆਂ ਬ੍ਰੈਂਪਟਨ ਲਈ ਆ ਰਹੀਆਂ ਸਿੱਧੇ ਅੰਤਰਾ ਜਿਹੜਾ ਪੁਸ਼ ਕਰ ਰਹੇ ਸੀ ਮੈਂ ਤੇ ਪ੍ਰਮੇਤ ਕਾਫੀ ਉਹਦੇ ਵਿੱਚ ਵਧੀਆ ਬਜਟ ਹੋਊਗਾ ਸੋ ਆਪਾਂ ਬਜਟ ਤੇ ਵੀ ਗੱਲ ਕਰਾਂਗੇ ਨੈਕਸਟ ਵੀਕ ਜਦੋਂ ਵੀ ਟਾਈਮ ਮਿਲਦਾ ਜਾਂਦੇ ਜਾਂਦੇ ਸੱਚੋ ਜਿਹੜੀ ਗ੍ਰਾਂਟ ਅੰਟਾਰੀਓ ਗਵਰਨਮੈਂਟ ਨੇ ਛੋਟੇ ਬਿਜ਼ਨਸ ਨੂੰ ਦਿੱਤੀ ਹੈ ਉਸ ਦੀ ਕੋਈ ਡੈਡਲਾਈਨ ਹੈ ਕਿ ਆਲਰੇਡੀ ਐਕਸਪਾਇਰ ਹੋ ਗਈ ਉਹ 31 ਮਾਰਚ ਉਹਦੀ ਡੈਡਲਾਈਨ ਹੈ ਜੀ 31 ਮਾਰਚ ਤੋਂ ਪਹਿਲਾਂ ਤੁਸੀਂ ਜਿਹੜੀ ਉਹ ਗ੍ਰਾਂਟ ਦੀ ਅਪਲਾਈ ਕਰ ਸਕਦੇ ਹੋ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਧੰਨਵਾਦ ਜੀ ਥੈਂਕ ਯੂ ਬਾਬਾ ਜੀ ਇਹ ਸਨ ਬ੍ਰੈਂਪਟਨ ਵੈਸਟ ਤੋਂ ਸਾਡੇ MPP ਅਮਰਜੋਤ ਸਿੰਘ ਸੰਧੂ ਕੁਝ ਗੱਲਬਾਤਾਂ ਕੀਤੀਆਂ ਮੈਂ ਦੱਸਾਂ ਕਿ ਅੰਟਾਰੀਓ ਗਵਰਨਮੈਂਟ ਨੇ ਇੱਕ ਅਪ ਟੂ $20,000 ਦੀ ਗ੍ਰਾਂਟ ਜਿਹੜੀ ਹੈ ਸਾਰੇ ਬਿਜ਼ਨਸਮੈਨ ਜਿਹੜੇ ਲੋਕ ਨੇ ਉਹ ਲੈ ਸਕਦੇ ਨੇ ਅਪ ਟੂ 25,000 ਤਾਂ ਤੁਸੀਂ ਆਪਣੇ ਅਕਾਊਂਟੈਂਟ ਦੇ ਨਾਲ ਸਲਾਹ ਮਸ਼ਵਰਾ ਕਰਕੇ ਅਪਲਾਈ ਕਰ ਸਕਦੇ ਹੋ 31 ਮਾਰਚ ਤੋਂ ਪਹਿਲਾਂ ਇਹ ਜਿਹੜੀ ਗ੍ਰਾਂਟ ਹੈ ਇਹ ਤੁਸੀਂ ਵਾਪਸ ਨਹੀਂ ਦੇਣੀ ਜਿਹੜੀ ਫੈਡਰਲ ਗੌਰਮੈਂਟ ਨੇ ਪਹਿਲਾਂ ਪੈਸੇ ਦਿੱਤੇ ਲੋਕਾਂ ਨੂੰ ਉਹ ਇੱਕ ਲੋਨ ਸੀ ਜਿਸ ਤਰ੍ਹਾਂ 40,000 ਦਿੱਤਾ ਅਤੇ 20,000 ਦਿੱਤਾ ਉਹ ਤੁਹਾਨੂੰ ਵਾਪਸ ਕਰਨਾ ਪਏਗਾ ਜਿਸ ਤਰ੍ਹਾਂ 40,000 ਦਿੱਤਾ ਸੀ ਉਸ ਵਿੱਚੋਂ 30 ਵਾਪਸ ਕਰਨਾ ਪਏਗਾ ਆਉਣ ਦਿਨਾਂ ਵਿੱਚ ਉਸ ਵਿੱਚ ਕੋਈ ਚੇਂਜਸ ਹੋ ਸਕਦੀ ਹੈ ਨਹੀਂ ਹੋ ਸਕਦੀ ਉਹ ਬਾਅਦ ਦੀ ਗੱਲ ਹੈ ਪਰ ਉਹ ਸੀਗਾ ਲੋਨ ਅਤੇ ਦਿਸ ਇਜ਼ ਅ ਗ੍ਰਾਂਟ ਇਹ ਗ੍ਰਾਂਟ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਪ੍ਰੋਗਰਾਮ ਸਾਂਝਾ ਪੰਜਾਬ ਵੀ ਦੱਸ ਦਈਏ ਕਿ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਵੀ ਗੱਲ ਕਰਨੀ ਤਾਂ 416-4167777 ਕ੍ਰੈਡਿਟ ਵਿਊ ਅਤੇ ਸੈਂਡਲਵੁੱਡ ਦੇ ਬਿਲਕੁਲ ਕੋਲ 2800 ਸਕੇਅਰ ਫੀਟ ਦਾ ਘਰ ਹੈ ਬੇਸਮੈਂਟ $2,500 ਕਿਰਾਏ 'ਤੇ ਚੜ੍ਹੀ ਹੋਈ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਕਾਲ ਕਰੋ ਇਹ ਤੁਹਾਨੂੰ 1.5-12 ਲੱਖ ਦਾ ਘਰ ਮਿਲ ਸਕਦਾ ਕਿਉਂਕਿ ਵੇਚਣਾ ਬਹੁਤ ਜ਼ਰੂਰੀ ਹੈ 416-558-8317 416-558-8317 'ਤੇ ਤੁਸੀਂ ਕਾਲ ਕਰ ਸਕਦੇ ਹੋ 416-558-8317 ਕੰਜ਼ਰਵ ਪਾਰਟੀ ਆਫ ਕੈਨੇਡਾ ਦੀ ਐਨੂਅਲ ਜਿਹੜੀ ਕਨਵੈਨਸ਼ਨ ਹੈ ਉਹ ਵਿਰਚੁਅਲ ਇਸ ਟਾਈਮ ਚੱਲ ਰਹੀ ਹੈ ਕੱਲ੍ਹ ਲੀਡਰ ਅਰਨੋ ਟਿਊਲ ਨੇ ਬਹੁਤ ਵਧੀਆ ਸਪੀਚ ਦਿੱਤੀ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਜਿਹੜੀਆਂ ਗੱਲਾਂ ਕੰਜ਼ਰਵ ਪਾਰਟੀ ਦੇ ਲੀਡਰ ਅਰਨੋ ਟਿਊਲ ਨੇ ਕਹੀਆਂ ਉਹਨਾਂ ਦੇ ਉੱਤੇ ਲੋਕ ਜ਼ਰੂਰ ਦੇਖਣਗੇ ਕਿ ਕੀ ਬਦਲਾਅ ਜਿਹੜਾ ਕੈਨੇਡਾ ਨੂੰ ਚਾਹੀਦਾ ਹੈ ਅਤੇ ਉਹ ਜ਼ਰੂਰ ਕੋਸ਼ਿਸ਼ ਇਲੈਕਸ਼ਨ ਜਿਹੜੀ ਹੈ ਉਹ ਆ ਸਕਦੀ ਹੈ ਜੇ ਇਲੈਕਸ਼ਨ ਆਉਂਦੀ ਹੈ ਤਾਂ ਉਸ ਵਿੱਚ ਕਿਹੜੇ ਕਿਹੜੇ ਹੋਰ ਮੁੱਦੇ ਆ ਸਕਦੇ ਨੇ ਸੋ ਅਸੀਂ ਉਹਨਾਂ ਦਿਨਾਂ ਵਿੱਚ ਜ਼ਰੂਰ ਕਿਸੇ ਨਾ ਕਿਸੇ ਲੀਡਰ ਦੇ ਨਾਲ ਸਾਂਝਾ ਪੰਜਾਬ ਦੇ ਉੱਤੇ ਸਾਂਝ ਪਾਵਾਂਗੇ ਤੁਸੀਂ ਕੋਈ ਵੀ ਗੱਲ ਕਰਨੀ ਹੁੰਦੀ ਹੈ ਪ੍ਰੋਗਰਾਮ ਦੇ ਦੌਰਾਨ ਤਾਂ 905-458-4444 905-458-4444 ਅਗਰ ਤੁਸੀਂ ਆਪਣੇ ਘਰ ਢੇਰ ਸਟਾਉਣਾ ਚਾਹੁੰਦੇ ਹੋ ਤਾਂ ਸਨੀ ਲੈਂਡਸਕੇਪਿੰਗ ਨੇ ਮੈਨੂੰ ਹੁਣੇ ਮੈਸੇਜ ਭੇਜਿਆ ਕਿ ਉਹਨਾਂ ਦਾ ਟਰੱਕ ਜਿਹੜਾ ਤੁਹਾਡੇ ਘਰ ਆ ਕੇ ਬੈਕਯਾਰਡ ਦੇ ਵਿੱਚ ਢੇਰ ਵਗੈਰਾ ਸਿੱਟ ਸਕਦਾ ਤਾਂ ਤੁਸੀਂ ਸਬਜ਼ੀਆਂ ਲਾਉਣੀਆਂ ਸ਼ੁਰੂ ਕਰ ਦਿਓਗੇ ਅਗਲੇ ਮਹੀਨੇ ਤੋਂ ਤਾਂ ਨੰਬਰ ਨੋਟ ਕਰੋ ਸਨੀ ਲੈਂਡਸਕੇਪਿੰਗ ਦੇ ਸਨੀ ਹੋਣਾ ਦਾ 416-587-0555 416-587-0555 'ਤੇ 416-587-0555 'ਤੇ ਕਾਲ ਕਰ ਸਕਦੇ ਹੋ ਅਗਰ ਤੁਸੀਂ ਫੋਰਡ ਦਾ ਪਿਕਅਪ ਟਰੱਕ F-150 ਬ੍ਰੈਂਡ ਨਿਊ 2021 ਲੀਜ਼ ਕਰਨਾ ਚਾਹੁੰਦੇ ਹੋ 2 ਸਾਲ ਦੀ ਲੀਜ਼ ਹੈ $75 ਪਰ ਵੀਕ ਦੇ ਕੇ ਤੁਸੀਂ ਇਹ ਲੀਜ਼ ਕਰ ਸਕਦੇ ਹੋ ਮੈਨੇਜਰ ਨੂੰ ਤੁਸੀਂ ਕਾਲ ਕਰ ਸਕਦੇ ਹੋ ਵਨੀਤ ਹੋਣਾ ਨੂੰ ਜੋ ਕਿ ਈਸਟ ਕੋਟ ਫੋਰਡ ਦੇ ਮੈਨੇਜਰ ਨੇ 416-704-4940 416-704-4940 'ਤੇ ਕਾਲ ਕਰ ਸਕਦੇ 416-704-4940 ਸਵੀਟ ਮਹਿਲ 'ਤੇ ਤੁਸੀਂ ਖਾਣਾ ਔਡਰ ਕਰੋ sweetmahal.ca 'ਤੇ ਜਾ ਕੇ ਜਾਂ ਕਾਲ ਕਰਕੇ 416-679-9991 416-679-9991 'ਤੇ ਕਾਲ ਕਰ ਸਕਦੇ 416-679-9191 ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਲਾਈਨ 'ਤੇ ਹੋ ਹੈਲੋ ਹਾਂਜੀ ਹਾਂਜੀ ਤੁਸੀਂ ਲਾਈਨ 'ਤੇ ਹੋ ਸਾਡੇ ਨਾਲ ਗੱਲਬਾਤ ਕਰਨੀ ਤੁਸੀਂ ਬਹੁਤ ਸਾਂਝ ਬੋਲ ਰਿਹਾ ਸੀ ਹਾਂਜੀ ਹੈਲੋ
ਪ੍ਰੋਗਰਾਮ ਸਾਂਝਾ ਪੰਜਾਬ ਦੇ ਵਿੱਚ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੈਨੂੰ ਕਾਲ ਕਰ ਲਿਓ 416-419-7777 ਅਤੇ ਪਿਛਲੇ 24 ਘੰਟਿਆਂ ਦੇ ਵਿੱਚ ਅੰਟਾਰੀਓ ਦੇ ਵਿੱਚ 1829 ਕੇਸ ਆਏ ਨੇ 1829 ਕੇਸਿਸ ਆਏ ਨੇ ਅਤੇ 287 ਕੇਸ ਆਏ ਨੇ ਟੋਰਾਂਟੋ ਦੇ ਵਿੱਚ ਅਤੇ 287 ਆਏ ਨੇ ਪੀਲ ਦੇ ਵਿੱਚ 51,200 ਜਿਹੜੇ ਟੈਸਟ ਪਿਛਲੇ 24 ਘੰਟਿਆਂ 'ਚ ਹੋਏ ਨੇ ਜਿਹੜੇ ਕੇਸ ਵੱਧ ਰਹੇ ਨੇ ਉਹ ਜ਼ਰੂਰ ਇੱਕ ਚਿੰਤਾ ਦਾ ਵਿਸ਼ਾ ਹੈ ਤਾਂ ਕਿ ਹੌਲੀ ਹੌਲੀ ਆਪਾਂ ਸੋਚ ਰਹੇ ਹਾਂ ਕਿ ਆਪਾਂ ਰੈੱਡ ਜ਼ੋਨ 'ਚ ਦਾਖਲ ਹੋਈਏ ਸਾਰਾ ਕੁਛ ਖੁੱਲ੍ਹ ਜਾਏ ਪਰ ਜੇ ਕੇਸ ਵੱਧਦੇ ਰਹੇ ਤਾਂ ਫਿਰ ਬੜੀ ਮੁਸ਼ਕਲ ਹੈ ਸੋ ਇਸੇ ਤਰ੍ਹਾਂ ਜਿੱਥੇ ਸਾਂਝਾ ਪੰਜਾਬ ਤੁਸੀਂ ਰੇਡੀਓ ਸੁਣਦੇ ਹੋ 1430 AM 'ਤੇ ਸੈਚਰਡੇ ਸਵੇਰੇ 10 ਤੋਂ 11 ਸੰਡੇ ਨੂੰ 10 ਤੋਂ ਲੈ ਕੇ 12 ਵਜੇ ਤੱਕ ਤੁਹਾਡੇ ਨਾਲ ਅਸੀਂ ਹਾਜ਼ਰ ਹੋਵਾਂਗੇ ਸੰਡੇ ਵਾਲਾ ਪ੍ਰੋਗਰਾਮ ਜਿਹੜਾ ਸਾਡਾ ਕਾਫੀ ਬਿਜ਼ੀ ਹੁੰਦਾ ਜਿਸ ਵਿੱਚ ਅਸੀਂ ਖਬਰਾਂ ਪੇਸ਼ ਕਰਦੇ ਹਾਂ ਸੁਰਜੀਤ ਸਿੰਘ ਝਵੇਲ ਵਾਲੀ ਕਿਸੇ ਵਧੀਆ ਵਿਸ਼ੇ ਦੇ ਉੱਤੇ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਸਾਡੇ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਿਆ ਕਰੋ 416-419-7777 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਵਿਜ਼ਨ ਟੀਵੀ ਦੇ ਉੱਤੇ ਸਾਂਝਾ ਪੰਜਾਬ ਤੁਸੀਂ 11 ਤੋਂ ਲੈ ਕੇ 12 ਵਜੇ ਤੱਕ ਰੇ ਸੈਚਰਡੇ ਦੇਖਦੇ ਹੋ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਤਾਂ 416-419-7777 ਇੱਥੇ ਪ੍ਰੋਗਰਾਮ ਅੱਜ ਦਾ ਖਤਮ ਕਰਨ ਦੀ ਬਹੁਤ ਸਾਂਝ ਨੂੰ ਦਿਓ ਇਜਾਜ਼ਤ ਪਰਮਾਤਮਾ ਨੇ ਚਾਹ ਅਤੇ ਕੱਲ੍ਹ ਨੂੰ ਫਿਰ ਮਿਲਾਂਗੇ ਤਦ ਤੱਕ ਤੁਹਾਡਾ ਸਾਡਾ ਰੱਬ ਰਾਖਾ ਖੁਸ਼ ਰਿਹਾ ਕਰੋ ਦੂਸਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕੋਸ਼ਿਸ਼ ਜ਼ਰੂਰ ਕਰਿਆ ਕਰੋ ਪਰ ਕੰਮ ਇਹ ਬੜਾ ਔਖਾ ਸਤਿ ਸ਼੍ਰੀ ਅਕਾਲ ਜੀ